सतनाम श्री वाहे गुरु साहिब जी, सतनाम श्री वाहे गुरु साहिब जी। दोहरा तब माली ने फिर कहियो, यह भी भेत बताए। कैप्टन मरी कहन लगा, भाई रतन सिंह जी सानू ए भी भेद वाली गल समझाओ। पतशाहन औ गुरन को परयो बैर जित पाए। दिल्ली दे बादशाहां दा ते गुरु नानक दे घर दा आपस वैर क्यों पै गया, विरोधता क्यों हो गई। हालांकि बाबर ने सतगुरां कोलों सत पुस्तां दा राज मंग के लिया सी। गुरु नानक साहिब दे आशीर्वाद नाल बाबर हिंदुस्तान दा बादशाह बनिया, पर बाद विच विरोधी क्यों बन गए। चाओ पई तब मैं उसको भेत बतायो। ता फिर भाई रतन सिंह जी कैप्टन मरी नूं इह भेत दी गल इउं दसदे ने। गुरुआं सो जिम उन्हें कमायो। ਉਹ ਕਹਿੰਦੇ ਜੋ ਗੁਰੂਆਂ ਦੇ ਨਾਲ ਮੁਗਲਾਂ ਬਾਦਸ਼ਾਹਾਂ ਨੇ ਧੱਕੇ ਕੀਤੇ ਹਨ, ਉਹਦੇ ਕਾਰਨ ਕੀ ਬਣੇ ਹਨ ਸੋ ਦੱਸਦੇ ਹਾਂ। ਕਦੇ ਰਾਜੀ ਕਦੇ ਗੁੱਸੇ ਰਹਾਵੇ। ਇਹ ਜਦੋਂ ਦਾ ਸਤਿਗੁਰਾਂ ਦਾ ਘਰ ਗੁਰਤਾ ਗੱਦੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਤਾਪ ਵਧਿਆ, ਮੁਗਲਾਂ ਦੀ ਸਰਕਾਰ ਕਦੇ ਗੁਰੂ ਸਾਹਿਬ ਨਾਲ ਰਾਜੀ ਹੋ ਜਾਂਦੀ ਸੀ, ਕਦੀ ਨਾਰਾਜ਼ ਹੋ ਜਾਂਦੀ ਸੀ, ਪਰ ਜ਼ਿਆਦਾਤਰ ਜਹਾਂਗੀਰ ਦੇ ਸਮੇਂ ਆ ਕੇ ਗੱਲ ਵਿਗੜੀ ਹੈ। ਜਹਾਂਗੀਰ ਦੇ ਕੋਲ ਸ਼ੇਖ ਅਹਿਮਦ ਸਰੰਦੀ ਨਾਮ ਦਾ ਇੱਕ ਸ਼ੇਖ ਸੀਗਾ, ਜਿਹੜਾ ਅਕਬਰ ਦੇ ਸਮੇਂ ਚਾਹੁੰਦਾ ਸੀ ਕਿ ਮੈਂ ਪੰਜਾਬ ਵਿੱਚ ਇਸਲਾਮੀ ਧਰਮ ਦਾ ਪ੍ਰਚਾਰ ਕਰਾਂ, ਹੋਰ ਕੋਈ ਧਰਮ ਨਾ ਰਵੇ। ਜਿੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ, ਫਤਿਹਗੜ੍ਹ ਸਾਹਿਬ ਗੁਰਦੁਆਰੇ ਤੋਂ ਅੱਧਾ ਕਿਲੋਮੀਟਰ ਤੁਸੀਂ ਪਠਾਣਾ ਦੀ ਬਸੀ ਵੱਲ ਜਾਓ ਅਤੇ ਸੱਜੇ ਹੱਥ ਰੋਜ਼ਾ ਸ਼ਰੀਫ ਹੈ। ਉਸ ਰੋਜ਼ਾ ਸ਼ਰੀਫ ਦੇ ਅੰਦਰ ਹੀ ਸ਼ੇਖ ਅਹਿਮਦ ਸਰੰਦੀ ਦੀ ਕਬਰ ਮੌਜੂਦ ਹੈ। ਇਹ ਸ਼ੇਖ ਅਹਿਮਦ ਸਰੰਦੀ ਜਿਹੜਾ ਸੀ ਬੜਾ ਮੁਤਸਬੀ ਕੱਟੜ ਸੀਗਾ। ਇਹ ਕਹਿੰਦਾ ਸੀ ਸਾਰੇ ਹਿੰਦ ਵਿੱਚ ਇਸਲਾਮ ਨੂੰ ਆਉਣਾ ਚਾਹੀਦਾ, ਪਰ ਅਕਬਰ ਦੇ ਸਮੇਂ ਉਹ ਗੱਲ ਚੱਲਦੀ ਨਹੀਂ ਸੀ। ਅਕਬਰ ਆਪਣੇ ਪੋਤਰੇ ਖੁਸਰੋ ਨੂੰ ਰਾਜ ਦੇਣ ਲਈ ਤਿਆਰ ਹੋਇਆ ਵੀ ਮੈਂ ਆਪਣੇ ਪੋਤਰੇ ਖੁਸਰੋ ਨੂੰ ਰਾਜ ਦਿਆਂਗਾ, ਅਤੇ ਜਹਾਂਗੀਰ ਨੂੰ ਇਹਨਾਂ ਲੋਕਾਂ ਨੇ ਭੜਕਾ ਤਾ ਵੀ ਤੂੰ ਤੇ ਤੇਰਾ ਤੇ ਰਾਜ ਨਹੀਂ ਬਣਨਾ, ਤੇਰੇ ਪੁੱਤਰ ਨੂੰ ਮਿਲ ਜਾਣਾ। ਜਹਾਂਗੀਰ ਨੇ ਇਹਨਾਂ ਲੋਕਾਂ ਨਾਲ ਗੱਲ ਕੀਤੀ ਸਨ, ਮੈਨੂੰ ਕਿਵੇਂ ਰਾਜ ਮਿਲ ਸਕਦਾ। ਉਹ ਕਹਿੰਦੇ ਜੇ ਤੂੰ ਸਾਡੀ ਗੱਲ ਮੰਨੇ ਤੈਨੂੰ ਰਾਜ ਦਵਾ ਦਿਆਂਗੇ। ਕੀ ਗੱਲ ਹੈ, ਸ਼ੇਖ ਅਹਿਮਦ ਸਰੰਦੀ ਨੇ ਕਿਹਾ ਜੇ ਤੂੰ ਬਾਦਸ਼ਾਹ ਬਣ ਗਿਆ ਤੇ ਤੈਨੂੰ ਜਿਹੜੇ ਰੋੜੇ ਹਨ ਇਸਲਾਮ ਦੇ ਰਸਤੇ 'ਚ ਚੁਗਣੇ ਪੈਣਗੇ, ਯਾਨੀ ਜਿਹੜੇ ਲੋਕ ਇਸਲਾਮ ਦਾ ਪ੍ਰਚਾਰ ਕਰਨ ਵਿੱਚ ਦਿੱਕਤ ਖੜੀ ਕਰ ਰਹੇ ਨੇ। ਉਹਨਾਂ ਦਾ ਇਸ਼ਾਰਾ ਸੀ ਗੁਰੂ ਅਰਜਨ ਦੇਵ ਜੀ ਵੱਲ। ਗੁਰੂ ਅਰਜਨ ਦੇਵ ਜੀ ਦੇ ਬਹੁਤ ਸਾਰੇ ਮੁਸਲਮਾਨ ਵੀ ਸੇਵਕ ਬਣ ਗਏ ਸਨ, ਸੁਖਮਣੀ ਸਾਹਿਬ ਪੜ੍ਹਨ ਲੱਗ ਪਏ, ਖੁਦ ਸਾਈਂ ਮੀਆਂ ਮੀਰ ਜੀ ਪੜ੍ਹਨ ਲੱਗ ਪਏ ਬਾਣੀ। ਅਤੇ ਇਹ ਲੋਕ ਜਿਹੜੇ ਹਨ ਇਹ ਸਾਡੇ ਇਸਲਾਮ ਦਾ ਪ੍ਰਚਾਰ ਨਹੀਂ ਹੋਣ ਦਿੰਦੇ, ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਜਾਵੇਗਾ। ਜਹਾਂਗੀਰ ਨੇ ਹਾਮੀ ਭਰ ਦਿੱਤੀ। ਜਹਾਂਗੀਰ ਨੇ ਕਿਤਾਬ ਲਿਖੀ ਹੈ, ਉਹਦਾ ਨਾਮ ਹੈ ਤੁਜ਼ਕੇ ਜਹਾਂਗੀਰੀ। ਉਹਨੇ ਆਪਣੀ ਡਾਇਰੀ ਲਿਖੀ ਹੈ। ਉਹ ਜਹਾਂਗੀਰ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਉਹਨੇ ਲਿਖਿਆ ਹੈ ਵੀ ਗੋਇੰਦਵਾਲ ਦੇ ਕਿਨਾਰੇ, ਬਿਆਸਾ ਦੇ ਕਿਨਾਰੇ ਗੋਇੰਦਵਾਲ ਨਗਰ ਦੇ ਵਿੱਚ ਅਰਜਨ ਮੱਲ ਨਾਮੀ ਗੁਰੂ ਰਹਿੰਦਾ ਸੀ, ਜੋ ਆਪਣੇ ਆਪ ਨੂੰ ਬੜਾ ਸੇਖ ਅਤੇ ਬੜਾ ਸੰਤ ਅਤੇ ਪੀਰ ਕਹਾਉਂਦਾ ਸੀ, ਔਰ ਪੀਰਾਂ ਦੇ ਲਿਬਾਸ ਵਿੱਚ ਮਹਾਂਪੁਰਸ਼ਾਂ ਦੇ ਰੂਪ ਵਿੱਚ ਉਹਨੇ ਆਪਣੀ ਝੂਠ ਦੀ ਦੁਕਾਨ 3-4 ਪੁਸਤਕਾਂ ਤੋਂ ਚਲਾਈ ਹੋਈ ਸੀ। ਅਤੇ ਮੇਰੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਅਤੇ ਮੈਂ ਉਸ ਦੁਕਾਨੇ ਬਾਤਲ ਨੂੰ ਬੰਦ ਕਰਨਾ ਚਾਹੁੰਦਾ ਸੀ। ਅਚਾਨਕ ਖੁਸਰੋ ਗੋਇੰਦਵਾਲ ਤੋਂ ਲੰਘਿਆ ਅਤੇ ਗੁਰੂ ਅਰਜਨ ਨੇ ਉਹਦੇ ਮੱਥੇ 'ਤੇ ਤਿਲਕ ਲਾ ਕੇ ਉਹਨੂੰ ਹਿੰਦੁਸਤਾਨ ਦਾ ਬਾਦਸ਼ਾਹ ਹੋਣ ਦਾ ਵਰਦਾਨ ਦਿੱਤਾ। ਇਸ ਗੱਲ ਦੀ ਜਦੋਂ ਮੇਰੇ ਕੋਲ ਸ਼ਿਕਾਇਤ ਆਈ ਤਾਂ ਮੈਂ ਗੁਰੂ ਅਰਜਨ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਮੁਰਤਜ਼ਾ ਖਾਨ ਨੂੰ ਦੇ ਕੇ ਉਹਦੇ ਬਾਲ ਬੱਚੇ ਨੂੰ ਅਤੇ ਉਹਦੇ ਘਰ ਘਾਟ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ। ਇੱਦਾਂ ਦੀ ਗੱਲ ਜਹਾਂਗੀਰ ਦੀ ਆਪਣੀ ਕਿਤਾਬ ਤੁਜ਼ਕੇ ਜਹਾਂਗੀਰ 'ਚ ਲਿਖੀ ਹੈ। ਸੋ ਜਹਾਂਗੀਰ ਤੋਂ ਆ ਕੇ ਤਾਂ ਗੁਰੂ ਘਰ ਨਾਲ ਵਿਗਾੜ ਪੈਣਾ ਸ਼ੁਰੂ ਹੋ ਗਿਆ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਸਤਿਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਭੇਜਿਆ ਗਿਆ। ਉੱਥੋਂ ਸਤਿਗੁਰੂ ਜਦੋਂ ਬਾਹਰ ਆਏ, ਜਹਾਂਗੀਰ ਨੂੰ ਸਮਝ ਆਈ, ਉਹਨੇ ਮਹਾਰਾਜ ਦੇ ਕੋਲੋਂ ਅਤੇ ਮਾਤਾ ਗੰਗਾ ਜੀ ਕੋਲੋਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ ਮਾਫ਼ੀ ਵੀ ਮੰਗੀ। ਇਹ ਵੀ ਕਥਾ ਜਗਤ ਪ੍ਰਸਿੱਧ ਹੈ। ਬਾਬਾ ਸ੍ਰੀ ਚੰਦ ਜੀ ਨੇ ਔਰ ਸਾਈਂ ਮੀਆਂ ਮੀਰ ਜੀ ਨੇ ਬਾਦਸ਼ਾਹ ਦੀਆਂ ਅੱਖਾਂ ਖੋਲੀਆਂ ਬਹੁਤ ਕਰੜੇ ਸ਼ਬਦਾਂ ਨਾਲ। ਸਾਈਂ ਮੀਆਂ ਮੀਰ ਜੀ ਨੇ ਵੀ ਸਮਝਾਇਆ ਵੀ ਤੂੰ ਗੁਨਾਹ ਕੀਤਾ ਹੈ, ਅਤੇ ਬਾਬਾ ਸ੍ਰੀ ਚੰਦ ਜੀ ਨੂੰ ਬੁਲਾਇਆ ਸੀ ਲਾਹੌਰ। ਜਹਾਂਗੀਰ ਨੇ ਆਪਣੀ ਕਚਹਿਰੀ ਦੇ ਵਿੱਚ
ਤੇ ਬਾਬਾ ਸ੍ਰੀ ਚੰਦ ਜੀ ਨੇ ਬਾਦਸ਼ਾਹ ਜਹਾਂਗੀਰ ਦੀ ਝਾੜ ਪਾਈ ਸੀ ਵੀ ਤੂੰ ਕੀ ਬਣਿਆ ਫਿਰਦਾ, ਸੱਚੇ ਪਾਤਸ਼ਾਹ ਨੂੰ ਤਵੀਆਂ ਤੇ ਬਿਠਾਇਆ ਹੈ। ਜਹਾਂਗੀਰ ਨੇ ਮਾਤਾ ਗੰਗਾ ਜੀ ਕੋਲੋਂ, ਗੁਰੂ ਹਰਗੋਬਿੰਦ ਸਾਹਿਬ ਕੋਲੋਂ, ਸ੍ਰੀ ਅੰਮ੍ਰਿਤਸਰ ਜਾ ਕੇ ਮਾਫ਼ੀ ਮੰਗੀ। ਫਿਰ ਸੁਲ੍ਹਾ ਹੋ ਗਈ, ਆਪਸ 'ਚ ਵਰਤਾਰਾ ਠੀਕ ਹੋ ਗਿਆ। ਪਰ ਜਹਾਂਗੀਰ ਦੀ ਮੌਤ ਤੋਂ ਬਾਅਦ 1629 ਤੋਂ ਬਾਅਦ ਜਿਹੜਾ ਬਾਦਸ਼ਾਹ ਬਣਿਆ ਸ਼ਾਹਜਹਾਨ, ਸ਼ਾਹਜਹਾਨ ਬਾਦਸ਼ਾਹ ਨੇ ਫਿਰ 4 ਵਾਰੀ ਗੁਰੂ ਘਰ 'ਤੇ ਅਟੈਕ ਕੀਤੇ। 4 ਲੜਾਈਆਂ, 1 ਸ੍ਰੀ ਅੰਮ੍ਰਿਤਸਰ ਦੀ ਧਰਤੀ 'ਤੇ ਹੋਈ, ਦੂਸਰੀ ਜੰਗ ਸ੍ਰੀ ਹਰਗੋਬਿੰਦਪੁਰੇ ਹੋਈ, ਤੀਸਰੀ ਸ੍ਰੀ ਕਰਤਾ ਮਹਾਰਾਜ ਹੋਈ ਅਤੇ ਚੌਥੀ ਸ੍ਰੀ ਕਰਤਾਰਪੁਰ ਸਾਹਿਬ ਹੋਈ। 4 ਜੰਗਾਂ ਤੋਂ ਬਾਅਦ ਸ਼ਾਹਜਹਾਨ ਦੀ ਵੀ ਅਕਲ ਟਿਕਾਣੇ ਆ ਗਈ ਵੀ ਇਹ ਤਾਂ ਸੱਚਾ ਘਰ ਹੈ, ਇਹਦੇ ਨਾਲ ਮੱਥਾ ਲਾ ਕੇ ਮੱਥਾ ਹੀ ਭਨਵਾਉਣ ਵਾਲੀ ਗੱਲ ਹੈ, ਹਰ ਵਾਰੀ ਮੇਰੀ ਹਾਰ ਹੁੰਦੀ ਹੈ। ਸੋ ਸ਼ਾਹਜਹਾਨ ਨੂੰ ਉਦੋਂ ਲੋੜ ਪਈ ਗੁਰੂ ਘਰ ਦੀ ਜਦੋਂ ਉਹਦੇ ਪੁੱਤਰ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਵੀ ਸ਼ਾਹਜਹਾਨ ਦਾ ਪੁੱਤਰ ਸੀ ਛੋਟਾ, ਅਤੇ ਵੱਡਾ ਸੀ ਦਾਰਾ ਸ਼ਿਕੋਹ, ਆਪਣੇ ਵੱਡੇ ਭਰਾ ਨੂੰ ਮਾਰਨ ਵਾਸਤੇ ਸ਼ੇਰ ਦੀਆਂ ਮੁੱਛਾਂ ਦੇ ਵਾਲ ਚਾਵਲਾਂ 'ਚ ਪਾ ਕੇ ਖਵਾ ਦਿੱਤੇ। ਦਾਰਾ ਸ਼ਿਕੋਹ ਬਿਮਾਰ ਹੋ ਗਿਆ। ਸਤਿਗੁਰੂ ਹਰ ਰਾਏ ਸਾਹਿਬ ਉਦੋਂ ਗੱਦੀ 'ਤੇ ਸਨ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਗੁਰੂ ਸਾਹਿਬ ਦੀ ਕਿਰਪਾ ਨਾਲ ਦਾਰਾ ਸ਼ਿਕੋਹ ਦੀ ਜਾਨ ਬਚੀ। ਲੰਮੀ ਕਥਾ ਹੈ। ਔਰੰਗਜ਼ੇਬ ਨੂੰ ਪਤਾ ਲੱਗਾ ਕਿ ਦਾਰਾ ਸ਼ਿਕੋਹ ਦੀ ਜਾਨ, ਮੇਰੇ ਭਾਈ ਦੀ ਜਾਨ, ਯਾਨੀ ਮੇਰੇ ਦੁਸ਼ਮਣ ਦੀ ਜਾਨ ਬਚਾਈ ਗੁਰੂ ਹਰ ਰਾਏ ਸਾਹਿਬ ਨੇ, ਗੁਰੂ ਸਾਹਿਬ ਦਾ ਵਿਰੋਧੀ ਬਣ ਗਿਆ। ਉਸਨੇ ਗੁਰੂ ਹਰ ਰਾਏ ਸਾਹਿਬ ਨੂੰ ਦਿੱਲੀ ਸੱਦਿਆ ਵੀ ਤੁਸੀਂ ਦਿੱਲੀ ਆ ਕੇ ਮੈਨੂੰ ਮਿਲੋ। ਸਤਿਗੁਰੂ ਆਪ ਨਹੀਂ ਗਏ, ਆਪਣੇ ਵੱਡੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ ਭੇਜਿਆ, ਬੇਨਤ ਕਰਾਂ ਮਾਤਾ ਸ਼ਕਤੀਆਂ ਦੇ ਕੇ। ਜਦੋਂ ਸਤਿਗੁਰੂ ਹਰ ਰਾਏ ਸਾਹਿਬ ਜੋਤੀ ਜੋਤ ਸਮਾਏ, ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਤੀ, ਫਿਰ ਔਰੰਗਜ਼ੇਬ ਨੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਸੱਦਿਆ। ਅੰਦਰ ਉਹਦੇ ਵਿਰੋਧਤਾ ਦੀ ਅੱਗ ਭੜਕਦੀ ਰਹੀ। ਸੋ ਉਹ ਗੱਲ ਹੁਣ ਕੈਪਟਨ ਮਰੀ ਪੁੱਛਦਾ ਹੈ ਵੀ ਇਹ ਵਿਰੋਧਤਾ ਕਿੱਥੋਂ ਕਿਵੇਂ ਸੁਲਗਦੀ ਰਹੀ ਹੈ ਅਤੇ ਕਿਵੇਂ ਵੱਧਦੀ ਰਹੀ ਹੈ। ਤਾਂ ਕਹਿ ਭਾਈ ਰਤਨ ਸਿੰਘ ਜੀ ਕਹਿੰਦੇ ਆ ਵੀ ਕਦੀ ਕਦੀ ਤਾਂ ਗੁਰੂ ਘਰ ਨਾਲ ਸੁਲਾਹ ਹੋ ਜਾਂਦੀ ਸੀ ਅਤੇ ਕਦੀ ਕਦੀ ਵਿਗਾੜ ਪੈ ਜਾਂਦਾ ਸੀ। ਸੋ ਚਾਲ ਜਾਤ ਨਹੀਂ ਸਿਰ ਆਵੈ। ਸੋ ਉਹ ਸਮਾਂ ਜਿਹੜਾ ਸੀ ਉਹ ਲੱਗਦਾ ਜਾਂਦਾ ਸੀ, ਸਿਰੇ ਨਹੀਂ ਸੀ ਆਉਂਦੇ ਬਾਦਸ਼ਾਹ, ਯਾਨੀ ਔਰੰਗਜ਼ੇਬ ਤੋਂ ਪਹਿਲੇ ਜਿਹੜੇ ਬਾਦਸ਼ਾਹ ਸਨ ਉਹ ਮੌਕਾ ਵੇਖਦੇ ਸਨ ਵੀ ਜੇ ਕਿਤੇ ਇਸ ਦੇਸ਼ ਦੇ ਵਿੱਚ ਪਰਜਾ ਵਿੱਚ ਬਗਾਵਤ ਹੋ ਗਈ ਫਿਰ ਕੀ ਕਰਾਂਗੇ। ਗੁਰੂ ਨਾਨਕ ਦਾ ਘਰ ਬੜਾ ਉੱਚਾ ਹੈ, ਸੁੱਚਾ ਹੈ, ਵੱਡਾ ਹੈ, ਇਸ ਕਰਕੇ ਰਾਜਨੀਤੀ ਦੇ ਪੱਖ ਤੋਂ ਬਾਦਸ਼ਾਹ ਲੋਕ ਜਿਹੜੇ ਸਨ ਮੌਕਾ ਵਿਚਾਰ ਲੈਂਦੇ, ਸਿਰੇ ਨਹੀਂ ਸੀ ਆਉਂਦੇ। ਰਾਜਨ ਔਰੰਗੇ ਸਿਰ ਜਬ ਆਇਓ। ਜਦੋਂ ਬਾਦਸ਼ਾਹ ਔਰੰਗਜ਼ੇਬ 1658 ਵਿੱਚ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਵੱਡੋ ਪਾਪ ਉਸ ਕੈ ਦਿਲ ਭਾਇਓ। ਉਹਦੇ ਦਿਲ ਵਿੱਚ ਪਾਪ ਦੀ ਬਿਰਤੀ ਆ ਗਈ। ਇਤ ਨੌਰੰਗ ਉਤ ਤੇਗ ਬਹਾਦਰ। ਇਧਰ ਔਰੰਗਜ਼ੇਬ ਗੱਦੀ ਤੇ ਆ ਗਿਆ ਤੇ ਉਧਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਗੱਦੀ ਤੇ ਆ ਗਏ। ਭਏ ਜਗਤ ਮੈਂ ਦੋ ਉਜਾਗਰ। ਇਹ ਪ੍ਰਗਟ ਹੋ ਗਏ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਤੇਗ ਬਹਾਦਰ ਹਨ, ਦਿੱਲੀ ਦੇ ਤਖ਼ਤ ਤੇ ਔਰੰਗਜ਼ੇਬ ਹੈ। ਦੋਹਰਾ ਹੁਤੋ ਨੌਰੰਗੇ ਪ੍ਰਾਣ ਕੀਓ ਤਖ਼ਤ ਬਹਿਣ ਸੋ ਕਾਲ। ਕਹਿੰਦੇ ਔਰੰਗਜ਼ੇਬ ਨੇ ਤਖ਼ਤ ਤੇ ਬਹਿਣ ਲੱਗਿਆ ਇਹ ਪਰਣ ਕਰ ਲਿਆ। ਤੁਰਕ ਕਰਾਉ ਸਭ ਹਿੰਦੂਆਂ ਸੂਬੈ ਬਾਈਆਂ ਭਾਲ। ਬਾਦਸ਼ਾਹ ਔਰੰਗਜ਼ੇਬ ਨੇ ਇਹ ਪਰਣ ਕੀਤਾ ਵੀ ਬੰਗਲਾਦੇਸ਼ ਤੋਂ ਲੈ ਕੇ ਜਿੱਥੋਂ ਤੱਕ ਮੇਰਾ ਰਾਜ ਹੈ, ਕਾਬਲ ਕੰਧਾਰ ਤੱਕ ਮੈਂ ਸਾਰਾ ਹਿੰਦੁਸਤਾਨ ਮੁਸਲਮਾਨ ਬਣਾ ਦੇਣਾ ਹੈ। ਜਾਓ ਭਾਈ ਤੇਗ ਬਹਾਦਰ ਬੜ ਬਲ ਧਾਰੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਂਪੁਰਸ਼, ਬੜੀ ਬਲੀ ਪੁਰਸ਼ ਆਤਮਾ ਸਨ। ਪ੍ਰਗਟ ਭਈ ਗੱਲ ਦੁਨੀਆਂ ਸਾਰੀ, ਉਹਨਾਂ ਦੀ ਮਹਿਮਾ ਵੀ ਜਗਤ 'ਚ ਪ੍ਰਗਟ ਹੋ ਗਈ। ਜਾਂ ਪੈ ਆਏ ਪਰੈ ਕੋ ਦੁੱਖ। ਜਿਹਦੇ ਉੱਤੇ ਵੀ ਕੋਈ ਦੁੱਖ ਆਉਂਦਾ ਸੀ, ਕੋਈ ਮੁਸੀਬਤ ਆਉਂਦੀ ਸੀ, ਪਰੈ ਚਰਨ ਮੈਂ ਹੋਵੇ ਸੁਖ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਚ ਆ ਜਾਂਦੇ ਸੀ ਤੇ ਗੁਰੂ ਸਾਹਿਬ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਸੀ। ਦੁਨੀਆਂ ਮਤਲਬ ਸੁਖ ਕੀ ਸਾਰੀ, ਇਹ ਦੁਨੀਆਂ ਸਾਰੀ ਸੁਖ ਦੀ ਹੈ, ਮਤਲਬ ਦੀ ਹੈ। ਸੁਖ ਮਿਲਣਾ ਚਾਹੀਦਾ ਜਿੱਥੋਂ ਮਰਜ਼ੀ ਮਿਲ ਜਾਵੇ, ਜਿੱਥੇ ਸੁਖ ਮਿਲਦਾ ਸਾਰੇ ਉੱਥੇ ਭੱਜ ਕੇ ਜਾਂਦੇ ਨੇ। ਆਵੇ ਸ਼ਰਣੀ ਜਿਹ ਭੈ ਹਾਰੀ। ਜਿਸ ਘਰ ਵਿੱਚ ਆ ਕੇ ਬੰਦੇ ਦਾ ਡਰ ਦੂਰ ਹੁੰਦਾ ਹੋਵੇ, ਜਿੱਥੇ ਜਾ ਕੇ ਚਿੰਤਾ ਮੁਕਤ ਹੋਈਏ, ਉੱਥੇ ਸਾਰੇ ਜਾਂਦੇ ਨੇ।
लगत चरण होए तुरत सुखारा। गुरु तेग बहादुर साहब महाराज की महिमा पसर गई भी जेड़ा पैरी पैंदा ओही सुखी हो जांदा है। प्रगट भई यह गल जग सारा, ए गल सारे जगत विच प्रगट हो गई। दोहरा चली कहावत सब जग जह साचो अवतार, ए गल सारे जगत विच चल पई भी ए कोई सच्चे अवतार महापुरुष हन। सरनी आवे जो उसै सो उतरे पार, जेड़ा गुरु तेग बहादुर दी पैरी पएगा शरण आएगा ओ पार उतरेगा। चाओ पई ताओ लाओ तुरकन पायो जोर, उधरों तुरकन ने औरंगजेब बादशाह ने जोर पा दिता। मुसलमान करे हिंदुआन टोर, लब लब के हिंदुआ दे मंदिर तोड़े। 1100 मंदिर मथुरा शहर जी तोड़े कले, मथुरा पुष्कर अजमेर जिन्ने स्थान सीगे औरंगजेब ने सारे हिंदुआ दे ढा दिते। भगवान श्री कृष्ण जी महाराज की जन्म भूमि है मथुरा मंडल के विखे प्रगटो श्री जग राय, जिथे भगवान का जन्म होया वो जन्म भूमि भी मंदिर ढा के तो उथे मसीत बनाती औरंगजेब ने। काशी के अंदर भगवान विश्वनाथ जी का प्राचीन मंदिर है शिव जी का, औरंगजेब ने ढा के उथे मसीत बना दिती। होर बड़े बड़े पुराने पुष्कर ब्रह्मा का पुराना मंदिर, बहुत पुराना मंदिर है, वो भी ढा के 130 फुट उच्चा मंदिर ढा के मिट्टी च मिला दिता। तीर्थ पुष्कर नू पूरन दा भी जतन कीता, बेअंत पाप कीते औरंगजेब ने। तो हिंदुआ को चिंता परी, हिंदुआ नू चिंता पै गई हुण की करिए अपना धर्म किवें बचाइए। मसलत इओं तब हिंदुआ ने करी, हिंदुआ ने इओं सलाह कीती हुण इस तरह करिए। गल लगाइए ब्राह्मण सीस, आपा ब्राह्मणा दे सिर गल पा दईए। ब्राह्मण साडे गुरु ने साडे तों पूजा लै के खांदे ने, इन्हां दे सिर पा दिंदे आ ए आपे नजिठ लैणगे। जाओ उनकी कश मनै जगदीश, जे उन्हां दी परमात्मा भी कहंदे सुणदा ते बादशाह भी सुनेगा ही। हिंदू गरीबन ने हाथ जोड़ा, बेचारे हिंदू गरीब बेबस सन क्योंकि प्रजा राजे दे सामने बेबस हुंदी है, कोई चारा नहीं चलदा लोकां दा। हिंदुआ ने हाथ जोड़ के आख्या, नौ रंगा अग्गा खड़े पए सौड़े, हाथ जोड़ के कहन लगे बादशाह सानू कोई इतराज नहीं मुसलमान बनन तो। हम है ब्राह्मणो के अधीन, पर असि जिन्ने भी हिंदू हाँ ब्राह्मणा दे अधीन, साडे गुरु ब्राह्मण हैं। जे ब्राह्मण सानू कहंदे इदां दा कर्म करो असि करदे हां, ब्राह्मण कहंदे सवेरे उठो असि उठदे हां, ब्राह्मण कहंदे पूजा करो असि करदे हां, ब्राह्मण कहंदे मूर्ति पूजा करो तां करदे हां, जे ब्राह्मण कहंदे वेद पाठ कराओ असि कराउंदे हां, जो ब्राह्मण कहंदे आ जनेऊ तरीके दी मर्यादा वो असि करदे हां। उन को लियावो पहले दीन, तुसीं पहला ब्राह्मणां नू दीन च लै के आओ ते असि आपे ही मुसलमान बन जावांगे। हम भी होवै तिसहे दीन, असि भी उन्हां दे ब्राह्मणां दे मगर मगर तुहाडे दीन च आ जावांगे। जेहड़े धर्म नू ब्राह्मण धारण करनगे असि भी, जेहड़ा गुरु बनेगा ओदां ही चेले बन जाणगे। ब्राह्मण गुरु है जगत का, संसार दी मर्यादा है, ब्राह्मण सारे संसार दा गुरु मन्ने। जे साडे गुरु ही साडे हिंदुआं दे गुरु ही मुसलमान बन गए असि भी बन जावांगे। गरीब हिंदुआं ना जाओ शालकीन, कहिंदा हिंदुआं वी गरीबां ने बेचारियां ने अपनी जान छडाण वास्ते, जदों किसे दी जान ते बणी होवे ना कोई ना कोई हीला ते करदा ही, अपनी जान तां हर इक नूं प्यारी है। उन्हां ने अपनी जान छुड़ाण लई खेड़ा छुड़ाण लई ब्राह्मणा दे गल पाती सारी गल। अपन लीनी गैल छुड़ाई, अपना पिछा छुड़ा लिया ते ब्राह्मणा दी गल मुसीबत पाती। ब्राह्मण गल पाए दई बुलाए, ओ बड़ा ब्राह्मणा दे गल पाती। तब उन लीनो ब्राह्मण बुलाए, हुण बादशाह ने ब्राह्मणा नू साद लिया वी ब्राह्मणो तुसी आओ इधर, तुसी दसो मुसलमान बनना के मौत दे घाट उतारिये तुहानू। हां जी मुसलमान हो कहियो सुनाए, ए साफ साफ शब्दां च कहता भी मुसलमान बनना पैणा है मेरे राज विच रहना ता। जो चाहो लहो मोहे ते आए, जो लेना चाहुंदे हो मैं तुहानू देंगा, जे तुसी मुसलमान बनोगे असी तुहानू पीरां तरह पूजांगे,
तुहानू हर तरह का असी खर्चा देंगे, तुहानू नौकरियां देंगे, सरकार दे विच तुहाडा पूरा रुतबा रखांगे, मुसलमान बनना तुहानू बहुत सहूलतां देंगे। बिरता तुरकन गैल दयो लगाई, जिहो जी मुसलमानां नू सहूलत मिलदी है सरकारी नौकरां दी जगीरां दी जो भी चंडियो मिलदा है सरकार वालों ओ तुहानू पूरा हक मिलेगा। नहीं मुल्क तज जाओ पार, जे तुसी मुसलमान नहीं बनना ते मेरा मुल्क छड्ड के किते होर दूसरे मुल्क विच चले जाओ, पार हो जाओ, हिंदुस्तान दीआं हद्दां छड्ड के चले जाओ। मुल्क रहो मोहे मैं दयो मार, जे मेरे मुल्क जाओगे ते मैं तुहानू हिंदू नहीं रहण देना, मैं मार देंगा। दोहरा सब सुन भए सो श्याम रंग, जन मर गयो परवार, सारयां दे रंग उड गए बामणां दे, बन की गया जिवें किसे दा टब्बर मर जाए सारा परिवार मर जाए ते उह बंदा बड़ा दुखी हुंदा ना। एदां विचारयां दे धर्म ते संकट आ गया, धर्म संकट सब तो भयंकर हुंदा, बेचारे बड़ी मुसीबत फस गए। एक देश होए त जाए ताज, जाइए कहां संसार, कहंदे जे एक पासे कोई छोटी मोटी रियासत हुंदी रंग जेब दी असीं दूजी जाके रह जांदे, हुण चढ़दे तो शिफ्त तक एदा राजा, जाइए तो जाइए किथे, ना असीं चीन विच जा सकदे आ ना अरब वल जा सकदे आ, क्योंकि एक पासे चीन दी हद सीगी ते दूजे पासे मक्के तक मुसलमाना दा राज सीगा, होर किथे जाइए, कोई ऐसा थां टिकाणा ही नहीं है। जाओ पाई ब्राह्मण बनी बहु औखी बात, ब्राह्मणा वास्ते बड़ी मुसीबत बन गई, औखी गल हो गई, ना किछ सुझै दिन अर रात, ना बेचारे नू रात सुझदी ना दिन, ब्राह्मण बड़े दुखी हो गए। ब्राह्मण ने कछ अरसा कियो, ब्राह्मणा ने कुछ समा मंगया, अरसा मंगया भी सानू मोहलत दियो, असी छे महीने सोच लईए, दिनै लंघावन बिलाव ਵੀ ਚਲੋ ਦਿਨ ਲੰਘਾਈਏ ਥੋੜੇ ਜੇ। ਸ਼ੇਰ ਅਫਗਾਨ ਸੂਬਾ ਕਸ਼ਮੀਰ ਨੂੰ ਵੀ ਕਿਹਾ ਵੀ ਸਾਨੂੰ 6 ਮਹੀਨੇ ਦੇ ਦਿਓ। ਲਾਗੈ ਕਰਨ ਸੋ ਤਪ ਅਰ ਜਾਪ, ਉਹ ਵਿਚਾਰੇ ਹੁਣ ਕੋਈ ਚਾਰਾ ਹੀ ਨਹੀਂ ਸੀ, ਜਦੋਂ ਬੰਦਾ ਸਾਰੇ ਪਾਸੋਂ ਬੇਬਸ ਹੋ ਜਾਂਦਾ ਨਾ ਫਿਰ ਰੱਬ ਦਾ ਆਸਰਾ ਤੱਕਦਾ, ਫਿਰ ਮਾਲਾ ਲੈ ਕੇ ਰੱਬ ਰੱਬ ਕਰਨ ਲੱਗੇ, ਰਾਮ ਰਾਮ ਜਪਣ ਲੱਗੇ, ਦੇਵਤਾ ਨਾ ਜਾਗੇ ਸਿਰ ਰਹੇ ਖਾਪ, ਬੜਾ ਸਿਰ ਖਪਾਇਆ ਵੀ ਕੋਈ ਦੇਵਤਾ ਹੀ ਪ੍ਰਗਟ ਹੋ ਜਾਏ, ਕੋਈ ਦੇਵਤਾ ਸਾਨੂੰ ਦਰਸ਼ਨ ਦੇ ਕੇ ਕਲਯੁਗ ਦੇ ਵਿੱਚ ਸਾਡੀ ਬਾਂਹ ਫੜ ਲਵੇ। ਤਬ ਚੁਗਲਨ ਨਾ ਚੁਗਲੀ ਬਣਾਈ, ਤਾਂ ਚੁਗਲ ਖੋਰਾਂ ਨੇ ਚੁਗਲੀਆਂ ਕੀਤੀਆਂ ਬਾਦਸ਼ਾਹ ਕੋਲ, ਕਰਤ ਹੈ ਬਾਹਮਣ ਜਾਦੂ ਉਪਾਈ, ਉਹ ਕਹਿੰਦੇ ਬਾਦਸ਼ਾਹ ਤੂੰ ਇਹਨਾਂ ਨੂੰ ਟਾਈਮ ਦਿੱਤਾ ਹੋਇਆ ਤੇ ਜਾਦੂ ਕਰ ਰਹੇ ਆ, ਇਹਦੇ ਤੁਹਾਡਾ ਰਾਜ ਖਤਮ ਕਰਨ ਲਈ ਟੂਣੇ ਕਰਦੇ ਵੇ। ਉਹ ਤਾਂ ਵਿਚਾਰੇ ਆਪਣੀ ਜਾਨ ਬਚਾਉਣ ਨੂੰ ਭਗਤੀ ਕਰਦੇ ਸੀ ਵੀ ਰੱਬ ਕੋਈ ਕਿਸੇ ਪਾਸਿਓਂ ਬੋੜ ਪਵੇ, ਪਰ ਚੁਗਲਖੋਰ ਕਿੱਥੇ ਬਾਜ ਆਉਂਦੇ, ਚੁਗਲਖੋਰ ਨਾ ਚੁਗਲੀਓਂ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਉਹਨਾਂ ਨੇ ਬਾਦਸ਼ਾਹ ਦੇ ਕੰਨਾਂ 'ਚ ਹੋਰ ਗੱਲ ਪਾਤੀ, ਇਹ ਆਹ ਜਿਹੜੇ ਮੰਤਰ ਜੰਤਰ ਜਪਦੇ ਪਏ ਨਾ 6-6 ਮਹੀਨਿਆਂ ਤੋਂ, ਇਹਦੇ ਤੁਹਾਡਾ ਰਾਜ ਪਲਟਾ ਕਰਨਾ ਚਾਹੁੰਦੇ, ਜਾਦੂ ਟੂਣਾ ਕਰਦੇ ਹਿੰਦੂ ਲੋਕ। ਦੋਹਰਾ ਜਹ ਸੁਣ ਸ਼ਾਹੇ ਨਾਉ ਰੰਗ ਤਬ ਭਇਓ ਅਤੀ ਸਹਿ ਕੋਪ, ਇਹ ਸੁਣ ਕੇ ਔਰੰਗਜ਼ੇਬ ਨੂੰ ਅੱਗ ਲੱਗ ਗਈ, ਹੈ ਮੈਂ ਤੇ ਇਹਨਾਂ ਨੂੰ ਟਾਈਮ ਦਿੱਤਾ ਸੀ ਸੋਚ ਲੈਣ ਤੇ ਮੇਰੇ ਨਾਲ ਹੀ ਧੋਖਾ ਕਰਨ ਲੱਗੇ ਹਿੰਦੂ। ਕਸ਼ਮੀਰ ਮੈਂ ਹਿੰਦੂਆਂ ਕਾ ਜਿਉਂ ਕਰਿਓ ਧਰਮ ਉਨ ਲੋਪ, ਉਹਨੇ ਆਰਡਰ ਦੇ ਤਾ ਵੀ ਕਸ਼ਮੀਰ ਦੇ ਵਿੱਚ ਜਿੰਨੇ ਬ੍ਰਾਹਮਣ ਨੇ ਪਹਿਲਾਂ ਇਹਨਾਂ ਨੂੰ ਮਾਰਿਆ ਜਾਵੇ, ਕਿਉਂਕਿ ਕਸ਼ਯਪ ਰਿਸ਼ੀ ਹੋਏ ਨੇ ਬ੍ਰਹਮਾ ਦੇ ਪੁੱਤਰ, ਉਹਨਾਂ ਨੇ ਕਸ਼ਮੀਰ ਦੇਸ਼ ਵਸਾਇਆ। ਕਸ਼ਮੀਰ ਦਾ ਜੋ ਅਰਥ ਕਰੀਏ ਨਾ ਤਾਂ ਉਹ ਵਿਦਵਾਨਾਂ ਨੇ ਕੀਤਾ ਕਸ਼ਯਪ ਦੀ ਨਗਰੀ, ਕਸ਼ਯਪ ਦਾ ਇਲਾਕਾ। ਉਹ ਪਹਿਲਾਂ ਉੱਥੇ ਕਦੀ ਜਿਹੜੇ ਬੰਦੇ ਉੱਧਰ ਗਏ ਉਹਨਾਂ ਨੂੰ ਪਤਾ, ਦਾਸ ਨੇ ਵੀ ਦੇਖਿਆ ਇਲਾਕਾ, ਉਹਦੇ ਵਿੱਚ ਉਰਲੇ ਪਾਸੇ ਵੀ ਪਹਾੜ ਨੇ, ਉੱਪਰ ਸਾਰੇ ਪਾਸੇ ਪਹਾੜ ਨੇ, ਵਿੱਚ 100-150 ਕਿਲੋਮੀਟਰ ਜਿਹੜਾ ਉਹ ਮੈਦਾਨ ਹੈ। ਉਹ ਕਹਿੰਦੇ ਆ ਵੀ ਕੋਈ ਜ਼ਮਾਨਾ ਸੀ ਅੱਜ ਤੋਂ ਲੱਖਾਂ ਸਾਲ ਪਹਿਲੇ, ਉੱਥੇ ਬਰਫ਼ ਜੰਮੀ ਹੋਈ ਸੀ। ਕਸ਼ਯਪ ਰਿਸ਼ੀ ਨੇ ਉਹ ਜਗ੍ਹਾ ਵੇਖੀ ਅਤੇ ਉਹਨੇ ਉਹਦੇ 'ਚੋਂ ਦਰਿਆ ਕੱਢੇ, 5 ਨਦੀਆਂ ਜਿਹੜੀਆਂ ਕਈ ਆ, ਸਿੰਧ ਨਦੀ, ਕਹਿੰਦੇ ਚਨਾਹ, ਜੇਹਲਮ, ਰਾਵੀ, ਤਾਪਤੀ ਆਦਿਕ ਨਦੀਆਂ ਉੱਥੋਂ ਨਿਕਲਦੀਆਂ ਸਾਰੀਆਂ ਪਹਾੜਾਂ 'ਚ, ਉਹਨੇ ਕੱਢੀਆਂ ਵੀ ਇਹ ਬਰਫ਼ ਢਲ ਕੇ ਜਿਹੜੀ ਇਹ ਸਮੁੰਦਰ ਨੂੰ ਚਲੀ ਜਾਵੇ, ਇਹ ਮੈਦਾਨ ਹੋ ਜਾਵੇ। ਉਹ ਵਿਚਲਾ ਪਹਾੜਾਂ ਦਾ ਇਲਾਕਾ ਉਹਨੇ ਸਾਫ਼ ਕਰਕੇ ਉੱਥੇ ਆਪਣੀ ਕੁੱਲ ਦੇ ਵਿਦਵਾਨ ਬ੍ਰਾਹਮਣ ਬਿਠਾਏ। ਠੰਡੇ ਇਲਾਕੇ 'ਚ ਬੰਦੇ ਦਾ ਦਿਮਾਗ ਠੰਡਾ ਰਹਿੰਦਾ, ਪੜ੍ਹਾਈ ਲਿਖਾਈ ਵਾਲੇ ਵਾਸਤੇ ਪਹਾੜੀ ਇਲਾਕਾ ਰਮਣੀਕ ਵਧੀਆ ਹੁੰਦਾ। ਕਸ਼ਯਪ ਰਿਸ਼ੀ ਨੇ ਦੇਸ਼ ਵਸਾਇਆ, ਇਸ ਕਰਕੇ ਨਾਮ ਹੋ ਗਿਆ ਕਸ਼ਮੀਰ। ਉਹ ਕਸ਼ਮੀਰ ਦੇਸ਼ ਦੇ ਵਿੱਚ ਜਿਹੜੇ ਬ੍ਰਾਹਮਣ ਲੱਖਾਂ ਸਾਲਾਂ ਤੋਂ ਰਹਿ ਰਹੇ ਸਨ, ਹਿੰਦੂ ਧਰਮ ਦੇ ਬੜੇ ਬੜੇ ਵਿਦਵਾਨ ਸਨ, ਮਹਾਂਪੁਰਸ਼ ਸਨ, ਸ਼ਾਸਤਰਾਂ ਦੇ ਗਿਆਤਾ ਸਨ,
ਉਹਨਾਂ ਦੇ ਗਲ ਮੁਸੀਬਤ ਆ ਪਈ। ਜਾਓ ਪਈ ਅਹਦੀਏ ਦੌੜਾਏ ਵੱਲ ਕਸ਼ਮੀਰ, ਉਹਨਾਂ ਨੇ ਆਪਣੇ ਅਹਦੀਏ ਕਸ਼ਮੀਰ ਵੱਲ ਦੌੜਾਏ ਬਾਦਸ਼ਾਹ ਨੇ। ਹੁਕਮ ਸੁਣੇ ਤਿੰਨ ਕਰੀ ਨਾ ਧੀਰ, ਉਹ ਬੜੀ ਛੇਤੀ ਨਾਲ ਸੂਬਾ ਸ਼ੇਰ ਅਫਗਾਨ ਸ੍ਰੀਨਗਰ ਕਸ਼ਮੀਰ ਦਾ ਜੋ ਸੀ ਉਹਦੇ ਕੋਲ ਗੱਲ ਪਹੁੰਚ ਗਈ। ਤੁਰਤ ਫੜੇ ਥੇ ਦੇ ਕੇ ਤਾਣ, ਉਹਨਾਂ ਨੇ ਜਿੰਨੇ ਕੁ ਬਾਹਮਣ ਫੜੇ ਜਾਂਦੇ ਤੁਰਤ ਫੜ ਲਏ। ਸਭ ਹਿੰਦੂ ਕੀਏ ਮੁਸਲਮਾਨ, ਜਬਰਦਸਤੀ ਫੜ ਕੇ ਮੁਸਲਮਾਨ ਬਣਾਤੇ। ਸਾਧ ਸਿੰਘ ਜੀ ਕਦੀ ਉੱਥੋਂ ਦੀ ਨਸਲ ਦੇਖੋ, ਉਹ ਨਸਲ ਸਾਰੀ ਬ੍ਰਾਹਮਣਾਂ ਵਾਲੀ, ਇੱਕੋ ਜਿਹੇ ਉਹਨਾਂ ਦੇ ਸੋਹਣੇ ਸੋਹਣੇ ਰੂਪ, ਸੁੰਦਰ ਉਹਨਾਂ ਦੇ ਮਹਾਰਾਜ ਨੇ, ਪਰਮਾਤਮਾ ਨੇ ਕਸ਼ਮੀਰੀਆਂ ਨੂੰ ਸੁੰਦਰਤਾ ਦਿੱਤੀ। ਔਰ ਅਜੇ ਤੱਕ ਉਹਨਾਂ ਦੀ ਰੀਤੀ ਰਿਵਾਜ਼ 'ਚ ਹਿੰਦੂ ਪਣਾ ਝਲਕਦਾ ਜੇ, ਪਰ ਕਹਿੰਦੇ ਆਪਣੇ ਆਪ ਨੂੰ ਮੁਸਲਮਾਨ ਨੇ। ਔਰ ਉੱਥੇ ਉਹ ਹਿੰਦੂਆਂ ਨੂੰ ਹੁਣ ਉੱਥੇ ਟਿਕਣ ਨਹੀਂ ਦਿੰਦੇ, ਭਜਾਈ ਜਾਂਦੇ, ਸਿੱਖਾਂ ਨੂੰ ਵੀ ਪੈਂਦੇ, ਹਿੰਦੂਆਂ ਨੂੰ ਵੀ ਪੈਂਦੇ। ਉਹ ਹਿੰਦੂਆਂ ਨੂੰ ਜ਼ਿਆਦਾ ਉਹਨਾਂ ਨੇ ਉੱਥੋਂ ਪਾਰ ਕਰ ਦਿੱਤਾ। ਹੈ ਉਹ ਮੁਸਲਮਾਨ ਨਹੀਂ, ਹਿੰਦੂਆਂ ਦੀ ਔਲਾਦ ਹਨ। 300-400 ਸਾਲ ਪਹਿਲਾਂ ਉਹ ਸਾਰੇ ਹਿੰਦੂ ਸਨ। ਔਰੰਗਜ਼ੇਬ ਦੇ ਰਾਜ ਵਿੱਚ ਸੂਬੇ ਕਸ਼ਮੀਰ ਕੇ ਸ਼ੇਰ ਅਫਗਾਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਕਰਕੇ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ। ਹਿੰਦੂ ਬਚੈ ਲੁੱਕ ਬਤੇਰਾ ਕਰੈ, ਹਿੰਦੂ ਵਿਚਾਰੇ ਪਹਾੜਾਂ ਵਿੱਚ ਲੁੱਕ ਲੁੱਕ ਕੇ ਜਾਨਾਂ ਬਚਾਉਂਦੇ ਨੇ। ਔਰ ਲਏ ਸਭ ਮੁਸਲੈ ਕਰੈ, ਜਿਹੜਾ ਫਸ ਜਾਂਦਾ ਉਹਨੂੰ ਮੁਸਲਮਾਨ ਬਣਾ ਲੈਂਦੇ। ਹੁਣ ਮਰਨਾ ਬੜਾ ਔਖਾ ਹੈ, ਕਹਿਣਾ ਸੌਖਾ ਹੈ। ਕੋਈ ਕੋਈ ਵਿਰਲਾ ਹੁੰਦਾ ਜਿਹੜਾ ਕਹਿੰਦਾ ਮੈਂ ਨਹੀਂ ਬਣਦਾ ਮੁਸਲਮਾਨ। 90% 99 ਕਹਿੰਦੇ ਚਲੋ ਜਾਨ ਤੇ ਬਚਾਓ, ਮੁਸਲਮਾਨ ਬਣ ਜਾਈਏ। ਤੇ ਇੱਦਾਂ ਜ਼ਬਰਦਸਤੀ ਰੋਜ਼ ਸੈਂਕੜੇ ਮੁਸਲਮਾਨ ਬਣਦੇ, 125 ਮਣ ਜਨੇਊ ਰੋਜ਼ ਉਤਾਰਿਆ ਜਾਂਦਾ। ਜਿਉਂ ਸਭ ਜੱਗ ਸੁਣ ਭਇਓ ਤਰਾਸ, ਇਸ ਤਰ੍ਹਾਂ ਸਾਰੇ ਪਾਸੇ ਹਾਹਾਕਾਰ ਮੱਚ ਗਈ ਜਦੋਂ ਕਸ਼ਮੀਰ ਦੇ ਵਿੱਚ ਇਹ ਕੁਰਲਾਹਟ ਮਚਿਆ। ਤਬ ਬਿਪ ਆਏ ਸਤਿਗੁਰ ਪਾਸ, ਕਸ਼ਮੀਰ ਵਿੱਚ ਮਟਨ ਸ਼ਹਿਰ ਹੈ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਗਏ ਨੇ। ਉਸ ਮਟਨ ਸ਼ਹਿਰ ਦੇ ਵਿੱਚੋਂ ਪੰਡਿਤ ਕਿਰਪਾ ਰਾਮ ਜੀ ਉੱਥੋਂ ਦੇ ਬ੍ਰਾਹਮਣਾਂ ਦਾ ਜਥਾ ਲੈ ਕੇ ਸਤਿਗੁਰਾਂ ਕੋਲ, ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ। ਦੋਹਰਾ ਕਾਂਸ਼ੀ ਆਦਿ ਗੰਗਾ ਢਿੱਗੋਂ ਕੁਲ ਛੇਤਰ ਛੇਤਰ ਔਰ, ਕਸ਼ਮੀਰ ਤੋਂ ਇਲਾਵਾ ਹੋਰ ਵੀ ਜਿਹੜੇ ਬ੍ਰਾਹਮਣ ਸਨ, ਕਾਂਸ਼ੀ ਬਨਾਰਸ ਦੇ ਬ੍ਰਾਹਮਣ ਔਰ ਗੰਗਾ ਹਰਿਦੁਆਰ ਦੇ ਬ੍ਰਾਹਮਣ, ਅਲਾਹਾਬਾਦ ਦੇ ਬ੍ਰਾਹਮਣ, ਕੁਰਸ਼ੇਤਰ ਦੇ ਬ੍ਰਾਹਮਣ ਜਿਹੜੇ ਸਨ, ਰਲ ਬਹਿ ਆਏ ਫਰਿਆਦ ਸਭ ਗੁਰ ਤੇਗ ਬਹਾਦਰ ਕੋਲ। ਇਹ ਸਾਰੇ ਇਕੱਠੇ ਹੋ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਆਏ। ਕਸ਼ਮੀਰੀ ਪੰਡਿਤ ਇਹਨਾਂ ਦੇ ਆਗੂ ਸਨ। ਪਹਿਲੇ ਤੋਂ ਹੀ ਕਸ਼ਮੀਰੀਆਂ ਦਾ ਰੁਤਬਾ ਉੱਪਰ ਕਿਉਂ ਰਿਹਾ? ਕਿਉਂਕਿ ਉੱਥੇ ਬਹੁਤ ਉੱਚ ਪਾਈ ਦੀ ਵਿੱਦਿਆ ਰਹੀ ਹੈ। ਸ਼ੰਕਰਾਚਾਰਿਆ ਜੀ 8ਵੀਂ ਸਦੀ ਦੇ ਵਿੱਚ ਸ੍ਰੀਨਗਰ ਗਏ, ਉੱਥੇ ਪਹਾੜ ਦੇ ਉੱਤੇ ਉਹਨਾਂ ਦਾ ਸਥਾਨ ਹੈ ਆਦਿ ਗੁਰੂ ਸ਼ੰਕਰਾਚਾਰਿਆ ਜੀ ਦਾ। ਉਸ ਪਹਾੜੀ 'ਤੇ ਗੁਰੂ ਨਾਨਕ ਸਾਹਿਬ ਜੀ ਵੀ ਗਏ। ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ 'ਚ ਲਿਖਿਆ ਕਿ ਸ਼ੰਕਰਾਚਾਰਿਆ ਦੀ ਪਹਾੜੀ 'ਤੇ ਗੁਰੂ ਨਾਨਕ ਦਾ ਸਥਾਨ ਹੈ, ਪਰ ਸਿੱਖਾਂ ਦੀ ਅਣਗਹਿਲੀ ਕਰਕੇ ਗੁਰਦੁਆਰਾ ਨਹੀਂ ਬਣ ਸਕਿਆ, ਜਗ੍ਹਾ ਹੈਗੀ ਉਹ। ਸੋ ਖਾਲਸਾ ਜੀ, ਉੱਥੇ ਸ਼ੰਕਰਾਚਾਰਿਆ ਨੇ ਪ੍ਰਚਾਰ ਕੀਤਾ। ਬੜੇ ਬੜੇ ਹੋਰ ਰਿਸ਼ੀ ਮੁਨੀ ਉੱਥੇ ਗਏ। ਸੈਂਕੜੇ ਸਦੀਆਂ ਤੋਂ ਉਹ ਧਰਮ ਦਾ ਕੇਂਦਰ ਰਿਹਾ। ਉਹ ਬ੍ਰਾਹਮਣ ਅੱਗੇ ਲੱਗੇ ਹਨ। ਜਾਓ ਪਈ ਆਏ ਬ੍ਰਾਹਮਣ ਸਭ ਐਸ ਪੁਕਾਰੇ, ਸਾਰੇ ਬ੍ਰਾਹਮਣ ਆ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨੇ ਇੱਦਾਂ ਪੁਕਾਰ ਕੀਤੀ। ਸਤਿਗੁਰ ਸੁਣੇ ਆਏ ਤੁਮ ਦੁਆਰੇ, ਹੇ ਮਹਾਰਾਜ ਤੁਹਾਡੀ ਸੋਭਾ ਸੁਣ ਕੇ, ਮਹਿਮਾ ਸੁਣ ਕੇ ਅਸੀਂ ਤੁਹਾਡੇ ਦਰ ਤੇ ਆਏ ਹਾਂ। ਹੇ ਛਤਰੀ ਤੁਮ ਬ੍ਰਹਮ ਉਜਾਗਰ, ਹੇ ਮਹਾਰਾਜ ਤੁਸੀਂ ਛਤਰੀ ਧਰਮ ਦੇ ਰਾਖੇ ਹੋ, ਛਤਰੀ ਧਰਮ ਹੈ ਤੁਹਾਡਾ ਤੇ ਬ੍ਰਾਹਮਣਾਂ ਦੀ ਰੱਖਿਆ ਛਤਰੀ ਕਰਦੇ ਆਏ। ਜੈਸੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ ਨਾ, ਛਤਰੀ ਸਭੈ ਕਿਰਤ ਵਿਪਣਗੇ, ਇਹਨੂੰ ਪ੍ਰਕਟਾਸ਼ ਕਿਰਪਾ ਕੇ ਨਿਹਾਰੋ। ਜਦੋਂ ਬ੍ਰਾਹਮਣ ਰੁੱਸ ਗਿਆ ਸੀ ਨਾ, ਤੇ ਮੈਨੂੰ ਦਾਨ ਨਹੀਂ ਪਹਿਲਾਂ ਦਿੱਤਾ, ਖਾਲਸੇ ਨੂੰ ਪਹਿਲਾਂ ਕਿਉਂ ਦੇ ਦਿੱਤਾ? ਤੇ ਮਹਾਰਾਜ ਕਹਿੰਦੇ, ਪੰਡਿਤ ਜੀ ਇਹ ਜਿਹੜੇ ਛਤਰੀ ਸ਼ਸਤਰਧਾਰੀ ਸੂਰਬੀਰ ਨੇ ਤੁਹਾਡੇ ਹੀ ਰੱਖੇ ਹਨ, ਤੇ ਜੇ ਤੁਸੀਂ ਨਾ ਬਾਲੋ ਕੈਰੀ ਨਿਗਾਹ ਕਰੋਗੇ ਤੁਹਾਡੀ ਰੱਖਿਆ ਕੌਣ ਕਰੇਗਾ? ਖਾਲਸੇ ਨੇ ਤੁਹਾਡੀ ਰੱਖਿਆ ਕਰਨੀ, ਤੇ ਤੁਸੀਂ ਖਾਲਸੇ ਨਾਲ ਹੀ ਨਿਗਾਹ ਮਾੜੀ ਰੱਖਦੇ ਹੋ? ਆਖੋ ਸ੍ਰੀ ਵਾਹਿਗੁਰੂ। ਇਹ ਕਲਗੀਧਰ ਦੇ ਬਚਨ ਨੇ। ਜਦੋਂ ਮਹਾਰਾਜ ਕਹਿੰਦੇ ਯੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ, ਅਗ ਔਗਟਰੇ ਇਨਹੀਂ ਕੇ ਪ੍ਰਸਾਦ, ਇਨਹੀਂ ਕਿਰਪਾ ਫੁਨ ਧਾਮ ਪਰੇ, ਇਨਹੀਂ ਕਿਰਪਾ ਕੇ ਸਜੇ ਹਾਂ ਮੈਂ ਨਹੀਂ ਮੋਸੇ ਗਰੀਬ ਕਰੋਰ ਪਰੇ। ਉੱਥੇ ਸਤਿਗੁਰਾਂ ਨੇ ਬਚਨ ਵੀ ਕਹੇ ਹੈ ਵੀ ਛਤਰੀ ਸਭਾ ਕਿਰਤ ਵਿਪਨ ਕੇ, ਵਿਪਨ ਨਾਮ ਬ੍ਰਾਹਮਣਾਂ ਦਾ ਹੈ, ਛਤਰੀ ਜਿਹੜੇ ਹਨ ਇਹ ਬ੍ਰਾਹਮਣਾਂ ਨੇ ਆਪਣੀ ਰੱਖਿਆ ਵਾਸਤੇ ਬਣਾਏ, ਵੀ ਸਾਡੀ ਰੱਖਿਆ ਕਰਨਗੇ, ਤੇ ਇਹਨਾਂ ਵੱਲ ਹੀ ਤੁਸੀਂ ਕੈਰੀ ਨਿਗਾਹ ਰੱਖਦੇ ਹੋ। ਸੋ ਖਾਲਸਾ ਜੀ, ਉਹ ਪੰਡਿਤ ਕਹਿੰਦੇ ਮਹਾਰਾਜ ਤੁਸੀਂ ਛਤਰੀ ਹੋ ਤੇ ਛਤਰੀ ਦਾ ਧਰਮ ਹੈ
धर्म की रक्षा करनी साडे धर्म की राखी तुसी करो। गऊ ब्राह्मण तुम प्रित सागर तुसी गऊ ब्राह्मण की रक्षा वास्ते सच्चे पातशाह अवतार धारिया है गरीब की रक्षा वास्ते अवतार धारिया है। अब आए परी हमने पै भारी हुण तुसी साडे उत्ते कृपा करो साडे ते जालम जुलम करन दे लई औरंगजेब साडे सिर ते चढ़िया होया है। अब हमको तुम लहो उबारी हुण सानू कृपा करके बचा लो तुम नानक सतगुर कल धारी तुसी गुरु नानक साहब दा रूप हो जो परमेश्वर दा अवतार सृष्टि ते आए ने। राखो हिंदुआन हिंद मझारी हिंदू धर्म दी राखी करो महाराज हिंदू धर्म दा बेड़ा डुबदा बन्ने लाओ हिंदू हिंदू निरे बीज है करने क्योंकि औरंगजेब ने हिंदुस्तान विचों हिंदुआं दा बीज नाश कर देना है। शाहे नौरंगा जाओ लिख बरने बादशाह औरंगजेब गल डंके दी चोट दे कह रहा है। तुर्क प्रथम है बाह्मण करने पहला उन्हें बाह्मणा नू मुसलमान बनाना बाकी हिंदुआं नू फिर बाद विच बनाएगा। और हिंदू है पाछे फरने पहला मुसलमान बन गए बाह्मण फिर बाकी हिंदुआं नू फड़ के मुसलमान कर लेगा। ब्राह्मण है हिंदुआन अगवान ए सच्चे पातशाह जी आप जानते हो कि ब्राह्मण हिंदुआ दे आगू हन जे आगू ही मुसलमान बन गए ते बाकी आपे बन जानगे। तुरक होए जाऊ मगर जहान पिछे सारा जहान मुसलमान बनेगा। यह अब नौरंगा करी सलाह इस तरह औरंगजेब बादशाह ने सलाह कीती हुई है। तराहे तराहे आए तुम पाहे असि त्राहे त्राहे करदे डरदे हुए तुहाडी शरण च आए हां जी। जाओ तुम हो किश सतगुर सूरे जे तुसी सतगुरु हो पूरे सूरे हो डुबत रखो हिंदुआइन पूरे ता हिंदू धर्म दा डुबदा बेड़ा रख लो सच्चे पातशाह जी नहीं तो तुरक तुहे प्रथम करावे नहीं ते पहला सानू मुसलमान बनानगे तोहे ते पिछे हम दीन में आवे ते महाराज फिर सारे नू बना लेंगे तुसी मुसलमान बनो ते असी भी बन जावांगे पर जे महाराज तुसी अपने साडे धर्म दी राखी दा कोई उपराध दसोगे ते असी भी डटे रहांगे। तुम छत्र हो खड़ग उठावो तुसी छत्री हो महाराज शस्त्र धारी गुरु हरगोबिंद साहिब जी दा अंश बंसो तुसी शस्त्र फड़ो साडे धर्म दी राखी छत्री करदे आए है। सब हिंदुआन को गला लगावो हिंदुआन नू गल ला लो महाराज जी धर्म दी राखी वास्ते तुम पै माया आवे घनी तुहाडे कोल माया दी भी कमी नी लखां संगतां माया लेके आउंदियां श्री आनंदपुर साहिब करामात तुम पै अनगली और करामात भी तुहाडे कोल अनगिणत है माया भी तुहाडे कोल बहुत है संगतां भी तुहाडे नाल बहुत हन हिंदू सारा हिंदू धर्म तुहानू मनदा है और जिहड़ा महाराज जी तुहाडे कोल करामात दा खजाना रूहानी शक्ति दा ओ भी बेअंत है। दोहरा तुरकन तै दस गुण अधिक है हिंदू हिंद माहे हे गुरु जी ठीक है कि मुसलमाना दा राज है मुसलमान सानू दबा रहे ने पर मुसलमाना नालों साडी गिणती दस गुणा है असी दस गुणा हां ओ दस हन असी नब्बे हां महाराज जी ओ साडे बराबर नहीं हन मुसलमान असी बहुत ज्यादा गिनती विच ते असी सारे तुहाडे मगर तुरांगे। जाओ तुम खंडा फड़ खड़ो सब रलै तुम्हें संग आए तुसी खंडा फड़ के खलोगे ना सतगुरु जी बाकी हिंदुस्तान तुहाडे मगर आपे आ खलोएगा। जाओ पई गुरु नानक बच गए बेकाया श्री गुरु नानक देव सच्चे पातशाह बचन कीते ने तुरकन सौ नह खंडा फड़ाया महाराज सच्चे पातशाह जी ने तुरकां नू खंडा नहीं फड़ाया तुरक गलै गले हम सीस ये तुरकां नू असी अपने सीस दे के गालांगे वचन गुरु नानक साहिब जी कहे सन। जो कर गए सतगुर बख्शीश ये बख्शिश करके बादशाह नू बाबर नू राज देण लग्या कह गए भी असी अपने सीस दे के राज वापस लै लवांगे। दोहरा जेकर तुमरो भल पवे सिर देत ना लावें बीर हे महाराज जे तुसी साडा भला करो ते साडे धर्म दी राखी करो असी सीस देंगे देऊ ता की जाए जड़ दरगाहों तुरत उखेड़ और तुरकां दी जड़ जेड़ी है ओ दरगाहों पट्टी जाएगी। जाओ पए तब ब्राह्मण के मन जाओ आई जदों महाराज सच्चे पातशाह जी धन गुरु तेग बहादुर साहिब जी ए वचन कीते ते महाराज सच्चे पातशाह गुरु तेग बहादुर साहिब कहंदे भाई सीस दे के धर्म बचना है आखो सतनाम सीस दे कोई धर्मी तो आड़े चो अगे आवे जेड़ा अपना सीस वारे फिर
जे तुसीं सीस दिओ ते तुहाडे धर्म नूं कोई खतरा नहीं। सिर दित्तिआं बाज नहीं रहना, धर्म सिर दित्तिआं बाज नहीं रहना। सिर दित्तिआं तों बिना धर्म बचिआ ही नहीं कदी भी, धर्म हमेशा सीस दे के ही बचदा है। खेड ही ऐसी है, जो तो प्रेम खेलण का जाओ, सिर धर तली गली मेरी आओ, इत मार्ग पैर धरी जा सिर दीजा कान न की। हमेशा धर्म की राखी लिए धर्मी जुड़े सीस ही देंदे आए हैं, जुगां जुगांतरा तो मर्यादा चली आई है। जदों ये बचन हजूर ने कहे, कब मोयो कब जड़ उखड़ाई, अगों पंडित सोचां च पै गए भी महाराज असी मरांगे ते फिर साढ़े मरिया तां गल नहीं बननी। श्री वाहिगुरु, कदों असी मरांगे ते कदों तुरकां दी जड़ पुट्टी जाएगी। तुरक करांगे हम इत साल, सानू ते ऐसे साल उन्हां ने मुसलमान बनाना, सानू तो टाइम हुण मुहलत है ही कोई नहीं भी कोई दस दिन भी दिन महीना असी होर उड़ीक लई, इन्ना टाइम कोई नहीं। जिहड़ी घड़ी कोई काबू आ गया उस वेले ही मुसलमान बन जाएगा, बना लेना अगलिया ने डाढ़िया ने। हाँ जी, कब मर तुम हम लो उबार, ते महाराज कदों तुसी सानू बचाओगे, किवें साडी राखी करोगे। बूढ़ मोए नौका कित काम, बूढ़ मोए नौका मेरा कोका ए चढ़ावो, जे मर गए पिछो किश्ती केड़े काम दी, डुब के मर गए। हाँ जी, भूख मरे खीर कित काम, जे भुखे मर गए ते पिछो खीर खान नू मिले ओहदा की फायदा। हुण महाराज मौका तां हुण है, हुण सानू बचाओ किसे तां छेती नाल। प्यास मोए फिर नीर नू लईए, हां प्यासे मर गए पिछो पानी नाल नहाण दा की फायदा, भावें पानी च सरोवर च रख छड्डो, मर गए प्यास नाल, पिछो ओनू कहे सरोवर च पा दिओ, ओहदा की फायदा नहाण धोण दा, जे प्या पीण नू तां मिलिआ नहीं पानी। हुण साडा धर्म खतरे च है, जे महाराज जी हुण ना बचे फिर कदों बचेंगे। हां जी, फिर प्यास तिस कैस बुझाइए, फिर ओदी की प्यास बुझानी जेड़ा प्यास नाल मारी गया है। दोहरा तब सतगुर बिपरन कहियो, यो कह गैल छुड़ाए। महाराज सच्चे पातशाह कहन लगे, पंडतो तुसी हुण बेफिक्र हो जाओ, तुहानू असी इक गल कहने आ, तुसी ये कह के अपनी जान छुड़ा लो। हम होवेंगे गैल उस गुर को तुरक बनाए, तुसी बादशाह औरंगजेब नू जाके आखो असी मुसलमान बन नू तैयार हां, असी सारे मुसलमान बन जावांगे, पर बनांगे तां जे साडे गुरु गुरु तेग बहादुर साहिब मुसलमान बन जाण। जे ओह मुसलमान बन जांदे आ असी सारे मुसलमान बन जावांगे। चाओ पई तब बिपरन जाए वैसी कई, बादशाह औरंगजेब कोल जाके कह दिओ, सतगुरां दा हुक्म पा के सारे पंडित दिल्ली चले गए ते बादशाह औरंगजेब दे सामने जाके उन्हां ने फरियाद कीती। जिम सतगुर थी उन समझाई, जो महाराज ने समझाया सी वी जाके कह दिया जे वी जे गुरु तेग बहादुर मुसलमान बनदे असीं सारे बणांगे, साडे गुरु ओह हन। प्रथम करो गुर मुसलमान, पहला गुरु तेग बहादुर नूं मुसलमान बनाओ फिर असीं बन जावांगे। मगरे होवै सगल जहान, उन्हां पिछे सारी दुनिया मुसलमान बन जाएगी, हिंदू मुसलमान बन जाएगा। सो बिपरन जा चुगली करी, इस तरह पंडिता ने जाके बादशाह दे कोल जेड़ी गल कही सी ना कह दित्ती। तुरकन मन लई सो खरी, तुरकां ने ओ मन लई भी ठीक है, जे एक बंदे दे मुसलमान बनाया सारा हिंदुस्तान मुसलमान बनदा, जने जने नाल सिरख पाण दी की लोड़ है। ਆਪਾਂ ਸਾਰਾ ਜ਼ੋਰ ਕੱਲੇ ਗੁਰੂ ਤੇਗ ਬਹਾਦਰ ਤੇ ਲਾ ਦਈਏ। ਗੁਰ ਕੇ ਗੈਲ ਨੌਰੰਗੇ ਫਰੀ, ਇਸ ਤਰ੍ਹਾਂ ਔਰੰਗਜ਼ੇਬ ਦਾ ਧਿਆਨ ਹਿੰਦੂ ਧਰਮ ਦੇ ਲੋਕਾਂ ਵੱਲੋਂ ਤੇ ਬ੍ਰਾਹਮਣਾਂ ਵੱਲੋਂ ਹਟ ਕੇ ਕੱਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਤੇ ਕੇਂਦਰਿਤ ਹੋ ਗਿਆ। ਭੇਜ ਹਲਕਾਰੇ ਤਲਾਸ਼ ਕਰੀ, ਉਹ ਸਤਿਗੁਰਾਂ ਦੀ ਤਲਾਸ਼ ਕਰਨ ਲੱਗਾ, ਹਲਕਾਰੇ ਭੇਜ ਦਿੱਤੇ ਉਸਨੇ ਗ੍ਰਿਫਤਾਰ ਕਰਨ ਵਾਸਤੇ। ਉਤ ਸਤਿਗੁਰ ਨੇ ਕਰੀ ਤਿਆਰੀ, ਉਧਰ ਮਹਾਰਾਜ ਸ਼ਹੀਦੀ ਪਾਉਣ ਵਾਸਤੇ ਆਨੰਦਪੁਰ ਸਾਹਿਬ ਤੋਂ ਆਪ ਹੀ ਤੁਰ ਪਏ। ਜੈਸੇ ਬਿਪਰਨ ਹੁਤੇ ਉਚਾਰੀ, ਜੋ ਪੰਡਤਾਂ ਨੂੰ ਕਿਹਾ ਸੀ ਅਸੀਂ ਆਪੇ ਸੰਭਾਲ ਲਵਾਂਗੇ, ਸਤਿਗੁਰੂ ਪਾਤਸ਼ਾਹ ਨੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਵਿਚਰ ਕੇ ਆਉਣ ਵਾਲੇ ਸਮੇਂ ਦੀਆਂ ਤਿਆਰੀਆਂ ਦੇ ਹੁਕਮ ਦੇ ਦਿੱਤੇ ਸਨ। ਇਹ ਬੜੀ ਬਰੀਕ ਗੱਲਾਂ ਨੇ ਜਿਹੜੀਆਂ ਆਮ ਲੋਕਾਂ 'ਚ ਪਤਾ ਨਹੀਂ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਭਰਤਗੜ੍ਹ ਰੋਪੜ ਆਨੰਦਪੁਰ ਕਲੌੜ ਉਗਾਣੀ ਆਕੜ ਪਿੰਡ ਅਤੇ ਫਿਰ ਆ ਕੇ ਬੈਠੇ ਨੇ ਸਤਿਗੁਰੂ ਜੀ ਜਿਹੜਾ ਕਿਲ੍ਹਾ ਹੈ ਬਹਾਦਰਗੜ੍ਹ ਪਟਿਆਲੇ ਦੇ ਕੋਲ, ਉਹਨੂੰ ਸੈਫਾਬਾਦ ਕਹਿੰਦੇ। ਸੈਫਦੀਨ ਮੁਸਲਮਾਨ ਉੱਥੇ ਰਹਿੰਦਾ ਸੀ, ਉਹ ਬੜਾ ਪ੍ਰੇਮੀ ਸੀ ਮਹਾਰਾਜ ਦਾ, ਉਹਨੇ ਸਤਿਗੁਰਾਂ ਨੂੰ ਆਪਣੇ ਕੋਲ 4 ਮਹੀਨੇ 'ਚ ਮਾਸਾ ਰੱਖਿਆ ਔਰ ਉੱਥੋਂ ਸਤਿਗੁਰੂ ਪਟਿਆਲੇ ਤੋਂ ਹੁੰਦੇ ਸਮਾਣੇ ਨੂੰ ਹੁੰਦੇ ਹੋਏ ਤਮਧਾਨ ਸਾਹਿਬ
हरियाणे के बहुत सारे इलाके च होंदे जा के आगरे दे विच पातशाह ने एक माई का थान लेना सी। उन्हें माई ने सूत्र कत के चोला तैयार किया सी। वो माई कहिंदे सतगुरु छेवें पातशाह के समय भी उत्थे रहिंदी सी, उदों व्याही सी, उत्थे नौजवान सी ते गुरु साहब जी नूं बड़े प्रेम नाल याद करती सी। उहदे सहुरे जिहड़े सी ओह मनमतीए सन ते गुरु साहब जी महाराज छेवें पातशाह नूं बेनती करदी सी जे महाराज कृपा करन मेरे सहुरिआं नूं मत देण, आउण इत्थे दर्शन देण, मैनूं इस नरक विच्चों कढ़न। ते गुरु हरगोबिंद साहब ग्वालियर तों वापस आउंदे होए आगरे जदों ठहरे ने उस माई की गली दे विच घोड़ा जा के रोकिआ ते उस माई नूं दर्शन दित्ते। उदों जवान सी, बच्ची सी ते उन्हें सतगुरां दे नमस्कार कीती छेवें पातशाह महाराज जी नूं, सिक्खी की कमाई की, परिवार को भी सुमार्ग पाया। वह माई गुरु तेग बहादुर साहब के समय बहुत बिरध हो चुकी सी। उन्हें आप अपने हाथ ना सूत्र कत के थान बनाया बस्तर गुरु तेग बहादुर साहब वो लेना सी, इस करके आगरे पहुँच गए। माई का थान जिथे लिया उस जगह का नाम गुरद्वारा माई थान है आगरे दे विच। गुरद्वारा माई थान, माई दे उत्थे सत्संग हुंदा, कीर्तन हुंदा, हुण गुरद्वारा सुंदर बन चुका है। सो खालसा जी उत्थे जा के सतगुरु गिरफ्तारी की दित्ती है छे नौवें पातशाह जी ने। आप चल गुर दिल्ली आए ते उत्थों महाराज गिरफ्तार करके सतगुरां नूं दिल्ली लियांदा गया। बड़ी लंबी कथा है, जे आपां करिए कई घंटे लगदे, विस्तार सूर्य प्रकाश पढ़ सकदे हां, देख सकदे हां। महाराज दिल्ली आ गए जदों चांदनी चौंक सतगुरां नूं कोतवाली दे विच पहला नजरबंद रखिया गया। तुरकन घर जा आप बंधाए, आप तुरकां दे घर पहुंचे सच्चे पातशाह, आप गिरफ्तारी दित्ती क्योंकि उन्होंने धर्म दी राखी दी सीस वारन सी। दोहरा दिल्ली दोबारा खड़ गुरु दुसालो दियो कलाए, इत्थे सच्चे पातशाह महाराज जी ने अपना दुशाला आप भेजिया सी ना आगरे दे विच। जदों महाराज जिथे अजकल गुरु का तार है ना खालसा जी, ये आगरे शहर के बाद जिहड़ी सड़क जाती है वो उत्ते ही स्थान है गुरु का तार। उत्थे बड़ा पुराना तालाब बादशाही सी ते कहिंदे भी सतगुरु नानक देव सच्चे पातशाह जी उत्थे पहला ही चरण पाए सन। उत्थे ही गुरु तेग बहादुर साहब जी थड़े ते जा बैठे ते एक आजड़ी भेड़ा चारन वाले हसन अली नूं बुला के कहन लगे, काका साडा एक कम कर, सानू खाण वास्ते बाजारों मठियाई लिया के दे। ਉਹ ਕਹਿੰਦਾ ਜੀ ਮੇਰੀਆਂ ਭੇਡਾਂ ਦਾ ਕੌਣ ਖਿਆਲ ਰੱਖੇਗਾ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭੇਡਿਆਂ ਤੇਰੀਆਂ ਕਿਤੇ ਨਹੀਂ ਜਾਂਦੀਆਂ, ਇੱਥੇ ਚੁਗਦੀਆਂ, ਅਸੀਂ ਬੈਠੇ ਹਾਂ ਅਤੇ ਤੂੰ ਸਾਡੇ ਵਾਸਤੇ ਮਠਿਆਈ ਲਿਆ। ਉਹ ਕਹਿੰਦਾ ਜੀ ਮਾਇਆ ਪੈਸੇ, ਮਹਾਰਾਜ ਨੇ ਆਪਣੇ ਹੱਥੋਂ ਬੜੀ ਕੀਮਤੀ ਹੀਰੇ ਵਾਲੀ ਛਾਪ ਲਾ ਕੇ ਦਿੱਤੀ, ਕਹਿੰਦੇ ਆਹ ਲੈ ਜਾ ਛਾਪ ਦੀ ਮਠਿਆਈ ਲੈ ਆ। ਉਹ ਕਹਿੰਦਾ ਜੀ ਕੋਈ ਝੋਲਾ ਥੈਲਾ ਕੱਪੜਾ ਹੋਵੇ ਜੇ ਤੇ ਪਵਾ ਲਿਆ। ਉਦੋਂ ਮਠਿਆਈ ਪੈਕਿੰਗ ਨਹੀਂ ਸੀ ਹੁੰਦੀ, ਆਪਣੇ ਕੱਪੜੇ 'ਚ ਪਵਾ ਕੇ ਲਿਆਉਣੀ ਪੈਂਦੀ ਸੀ, ਪੁਰਾਣੇ ਜ਼ਮਾਨੇ ਦੀ ਗੱਲਾਂ। ਮਹਾਰਾਜ ਮੋਢੇ ਤੋਂ ਦੁਸ਼ਾਲਾ ਬਹੁਤ ਕੀਮਤੀ 2000 ਦਾ ਕਹਿੰਦੇ ਉਹ ਦੁਸ਼ਾਲਾ ਸੀ ਉਸ ਜ਼ਮਾਨੇ 'ਚ, ਉਹ ਦਿੱਤਾ ਕਹਿੰਦੇ 'ਚ ਪਵਾ ਲਿਆਈ। ਜਦੋਂ ਉਹ ਲੈ ਕੇ ਤੁਰਿਆ ਤਾਂ ਪਿੱਛੋਂ ਭਾਈ ਮਤੀ ਦਾਸ ਜੀ ਬੜੇ ਹੈਰਾਨ ਹੋ ਕੇ ਪੁੱਛਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਤਾਂ ਕਦੀ ਬਾਜ਼ਾਰ ਦੀ ਮਠਿਆਈ ਖਾਧੀ ਨਹੀਂ, ਨਾ ਕਦੀ ਆਪ ਜੀ ਨੇ ਇਹੋ ਜਿਹੇ ਪਕਵਾਨਾਂ ਦੀ ਰਸ ਮਨ ਵਿੱਚ ਰੱਖਿਆ, ਬਿਰਤੀ ਨਹੀਂ ਰੱਖੀ, ਅਸੀਂ ਪ੍ਰਸ਼ਾਦਾ ਸੁੱਖਾ ਮਿੱਸਾ ਬਣਾ ਕੇ ਦਿੰਦੇ, ਤੁਸੀਂ ਛਕ ਲੈਂਦੇ ਹੋ, ਅੱਜ ਕੀ ਗੱਲ ਬਾਜ਼ਾਰ ਤੋਂ ਮਠਿਆਈ ਕਿਉਂ ਮੰਗਵਾ ਰਹੇ ਹੋ। ਮਹਾਰਾਜ ਕਹਿੰਦੇ ਮਤੀ ਦਾਸ ਜੀ ਕਰਤਾਰ ਦੇ ਰੰਗ ਦੇਖੀ ਦੇ ਹੁੰਦੇ ਆ, ਕੌਤਕ ਵੇਖੋ ਪਰਮੇਸ਼ਰ ਕੀ ਕਰਨ ਵਾਲਾ ਹੈ। ਹਸਨ ਅਲੀ ਜਿਹੜਾ ਸੀ ਸਾਧ ਸੰਗਤ ਜੀ, ਇਹਦੇ ਘਰ ਜਵਾਨ ਕੁੜੀ ਸੀ ਔਰ ਇਹਨੇ ਸੁਣਿਆ ਸੀ ਵੀ ਜਿਹੜਾ ਗੁਰੂ ਤੇਗ ਬਹਾਦਰ ਨੂੰ ਫੜਾਏਗਾ ਉਹਨੂੰ 500 ਰੁਪਈਆ ਇਨਾਮ ਮਿਲੇਗਾ। ਤੂੰ 500 ਲੱਖਾਂ ਵਰਗਾ ਸੀਗਾ, ਬੜਾ ਉਸ ਪੈਸੇ ਦਾ ਬੜਾ ਉਦੋਂ ਮੁੱਲ ਸੀ, ਪਰ ਉਹਨੂੰ ਨਹੀਂ ਪਤਾ ਵੀ ਮੈਂ ਕਿਹੜੇ ਕੰਮ ਲਈ ਜਾ ਰਿਹਾ। ਇਹੀ ਗੁਰੂ ਤੇਗ ਬਹਾਦਰ ਹਨ। ਕਹਿੰਦੇ ਹਸਨ ਅਲੀ ਲੈ ਕੇ ਉਹ ਦੁਸ਼ਾਲਾ ਅਤੇ ਛਾਪ ਮਠਿਆਈ ਦੀ ਦੁਕਾਨ 'ਤੇ ਜਿਹੜੀ ਅੱਜ ਆਗਰੇ ਸ਼ਹਿਰ ਦੇ ਵਿੱਚ ਚਬੂਤਰਾ ਹੈ ਉਹਦੇ ਲਾਗੇ, ਅਜੇ ਵੀ ਉਹ ਦੁਕਾਨਾਂ ਕਹਿੰਦੇ ਮਠਿਆਈ ਦੀਆਂ, ਅਜੇ ਵੀ ਉੱਥੇ ਹਲਵਾਈਆਂ ਦੀਆਂ ਦੁਕਾਨਾਂ ਹਨ। ਅਤੇ ਉਹ ਚਬੂਤਰਾ ਜਿੱਥੇ, ਚਬੂਤਰੇ ਦਾ ਮਤਲਬ ਹੈ ਵੀ ਚੌਂਕੀ, ਪੁਲਿਸ ਚੌਂਕੀ, ਪੁਲਿਸ ਪੋਸਟ, ਉਹ ਜਿਹੜੀ ਉੱਥੇ ਸੀਗੀ, ਕੋਤਵਾਲ ਉੱਥੇ ਬੈਠਦਾ ਸੀ, ਨੇੜੇ ਹੀ ਸੀ ਹਲਵਾਈ ਦੀ ਦੁਕਾਨ ਦੇ। ਉੱਥੇ ਜਾ ਕੇ ਉਹਨੇ ਛਾਪ ਰੱਖ ਦਿੱਤੀ, ਕਹਿਣ ਲੱਗਾ ਜੀ ਆਹ ਛਾਪ ਲੈ ਲਓ ਅਤੇ ਇਹਦੇ 'ਚ ਮਠਿਆਈ ਪਾ ਦਿਓ, ਕਿਉਂਕਿ ਉਹ ਵਿਚਾਰਾ ਗਰੀਬ ਆਦਮੀ ਸੀ, ਉਹਨੇ ਕਿਹੜਾ ਕਦੀ ਮਠਿਆਈ ਖਰੀਦੀ ਸੀ, ਬਹੁਤ ਗਰੀਬ ਸੀ ਆਜੜੀ ਸੀ, ਉਹਨੂੰ ਇਹ ਪਤਾ ਹੀ ਨਹੀਂ ਸੀ ਵੀ ਛਾਪ ਦਾ ਮੁੱਲ ਕਰਾਈਦਾ, ਛਾਪ ਦੇ ਬਾਕੀ ਪੈਸੇ ਲੈਣੇ ਆ ਜਾਂ ਕੀ ਕਰਨਾ। ਉਹਨੇ ਛਾਪ ਸਿੱਧੇ ਜੀ ਰੱਖ ਦਿੱਤੀ, ਕੱਪੜਾ ਇੱਦਾਂ ਕਰਤਾ। ਹਲਵਾਈ ਦੇਖੇ ਵੀ ਇਹ ਤਾਂ ਕੰਮ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਾਜ ਵਾਲੀ ਗੱਲ ਬਣੀ ਪਈ ਹੈ, ਇਹ ਕੋਈ ਚੋਰੀ ਕਰਕੇ ਲਿਆਇਆ।
इन्नी महंगी छाप है हजारां रुपयां दी, इन्ना महंगा कपड़ा इहदे च मठियाई पाएगा। उहने बाहों फड़ लिया ते जाके कोतवाल कोल पेश कर दिता, जी आप चोर मेरे कोल छाप ले आया ते तुशाला किते मैनू ना फसा देवे। कोतवाल ने दबका मारिया, ओए कौन है तू, कित्थों चोरी कीती है? ਉਹ ਕਹਿੰਦਾ ਜੀ ਅੱਲਾਹ ਤਾਲਾ ਦੀ ਕਸਮ ਮੈਂ ਕੋਈ ਚੋਰੀ ਨਹੀਂ ਕੀਤੀ, ਮੈਨੂੰ ਕੋਈ ਮਹਾਂਪੁਰਸ਼ ਬਾਹਰ ਬੈਠੇ ਉਹਨਾਂ ਨੇ ਛਾਪ ਦਿੱਤੀ ਆ ਮਠਿਆਈ ਦੇ ਦੇਣ ਵਾਸਤੇ ਭੇਜਿਆ। ਉਹ ਕਹਿਣ ਲੱਗੇ ਵੀ ਇਹੋ ਜਿਹਾ ਕਿਹੜਾ ਮਹਾਂਪੁਰਸ਼ ਹੈ ਜਿਹੜਾ ਛਾਪ ਐਵੇਂ ਦੇ ਦੇਗਾ, ਲੱਖਾਂ ਹਜ਼ਾਰਾਂ ਰੁਪਿਆਂ ਦੀ ਛਾਪ ਹੈ, ਦੁਸ਼ਾਲਾ ਬੜਾ ਮਹਿੰਗਾ ਹੈ ਤੇ ਮਠਿਆਈ ਦੇ ਬਦਲੇ ਕੌਣ ਦੇਗਾ ਬਿਨਾਂ ਜਾਣ ਪਛਾਣ ਦੇ? ਉਹਨੇ ਪੰਜ ਬੰਦੇ ਫਟਾਫਟ ਘੋੜ ਸਵਾਰ ਭੇਜੇ ਗੁਰੂ ਕੇ ਤਾਲ ਵਾਲੀ ਥਾਂ ਤੇ ਆ ਕੇ ਉਹਨਾਂ ਸਿਪਾਹੀਆਂ ਨੇ ਪੁੱਛਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕੀ ਪ੍ਰਯੋਜਨ ਹੈ, ਤੁਸੀਂ ਕਿਸੇ ਬੰਦੇ ਨੂੰ ਛਾਪ ਦਿੱਤੀ ਹੈ? ਮਹਾਰਾਜ ਕਹਿਣ ਲੱਗੇ ਹਾਂ ਛਾਪ ਅਸੀਂ ਦਿੱਤੀ ਆ, ਜਿਹੜੀ ਨੂੰ ਆਹ ਭੇਡਾਂ ਉਹਦੀਆਂ ਚੁਗਦੀਆਂ ਪਈਆਂ, ਮਠਿਆਈ ਲੈਣ ਭੇਜਿਆ। ਸਾਡਾ ਨਾਂ ਗੁਰੂ ਤੇਗ ਬਹਾਦਰ, ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਹਾਂ। ਉਹ ਲੱਭਦੇ ਫਿਰਦੇ ਸੀਗੇ, ਉਹ ਭੱਜ ਕੇ ਗਏ, ਕਹਿਣ ਲੱਗੇ ਜੀ ਗੁਰੂ ਤੇਗ ਬਹਾਦਰ ਬੈਠੇ ਆ ਪੰਜ ਸਿੱਖਾਂ ਸਮੇਤ। ਉਸੇ ਵੇਲੇ ਆ ਕੇ ਕੋਤਵਾਲ ਨੇ ਬਾਗ ਨੂੰ ਘੇਰਾ ਪਾ ਲਿਆ, 400 ਸਿਪਾਹੀ ਕਹਿੰਦੇ ਆਏ ਸਨ, 400 ਸਿਪਾਹੀਆਂ ਸਮੇਤ ਘੇਰਾ ਪਾ ਕੇ ਜਿੱਥੇ ਸਤਿਗੁਰੂ ਬੈਠੇ ਸਨ ਉਸ ਤੋਂ 10 ਕਦਮ ਪਰੇ ਇੱਕ ਪੁਰਾਣੀ ਬਿਲਡਿੰਗ ਸੀ, ਉਸ 'ਚ ਮਹਾਰਾਜ ਨੂੰ ਨਜ਼ਰਬੰਦ ਕਰ ਲਿਆ। ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਔਰੰਗਜ਼ੇਬ ਬਾਦਸ਼ਾਹ ਕੋਲ ਲੈ ਜਾਣਾ, ਸਾਡੀ ਮਜਬੂਰੀ ਸਾਡੀ ਡਿਊਟੀ। ਮਹਾਰਾਜ ਕਹਿੰਦੇ ਅਸੀਂ ਆਪ ਹੀ ਇੱਥੇ ਇਸ ਵਾਸਤੇ ਆਏ ਹਾਂ। ਫਿਰ ਉੱਥੋਂ ਸਤਿਗੁਰੂ ਜੀ ਨੂੰ ਉੱਥੇ ਰੱਖਿਆ ਅਤੇ ਦਿੱਲੀ ਖਬਰ ਕੀਤੀ ਬਾਦਸ਼ਾਹ ਕੋਲ ਵੀ ਇੱਦਾਂ ਗੁਰੂ ਤੇਗ ਬਹਾਦਰ ਸਾਡੇ ਕੋਲ ਆ ਗਏ, ਨਜ਼ਰਬੰਦਾਂ ਨੂੰ ਕਿੱਦਾਂ ਭੇਜੀਏ। ਬਾਦਸ਼ਾਹ ਨੇ 12,000 ਫੌਜ ਦਿੱਲੀ ਤੋਂ ਭੇਜੀ, 12,000 ਫੌਜ 'ਚੋਂ 3,000 ਅੱਗੇ, 3 ਪਿੱਛੇ, 3 ਸੱਜੇ, 3 ਖੱਬੇ, ਤਾਂ ਕਿ ਗੁਰੂ ਤੇਗ ਬਹਾਦਰ ਨੂੰ ਕੋਈ ਛੁਡਾ ਕੇ ਨਾ ਲੈ ਜਾਏ, ਕਿਉਂਕਿ ਉਹਨਾਂ ਦਾ ਉਸ ਵੇਲੇ ਪ੍ਰਤਾਪ ਸਾਰੀ ਦੁਨੀਆਂ ਵਿੱਚ ਸੀ ਕਿ ਕੋਈ ਹਿੰਦੂ ਰਾਜਾ, ਕੋਈ ਰਾਜਸਥਾਨ ਦਾ ਰਾਜਾ ਹੀ ਨਾ ਹਮਲਾ ਕਰ ਦੇਵੇ, ਕੋਈ ਸਿੱਖਾਂ ਦਾ ਹੀ ਹਮਲਾ ਨਾ ਕਰ ਦੇਵੇ, ਕੋਈ ਛੁਡਾ ਕੇ ਨਾ ਲੈ ਜਾਏ। ਸੋ ਸਤਿਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ, ਜਿੱਥੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੜੇ ਸਤਿਕਾਰ ਨਾਲ ਬਾਦਸ਼ਾਹ ਔਰੰਗਜ਼ੇਬ ਨੇ ਰੱਖਿਆ। ਬੇਨਤੀਆਂ ਕਰਦਾ ਰਿਹਾ, ਮਹਾਰਾਜ ਤੁਸੀਂ ਕੋਈ ਐਸਾ ਰਾਹ ਕੱਢੋ ਵੀ ਹਿੰਦੂ ਅਤੇ ਮੁਸਲਮਾਨ ਆਪਸ 'ਚ ਲੜੀ ਜਾਂਦੇ ਇਕੱਠੇ ਹੋ ਜਾਣ। ਮਹਾਰਾਜ ਕਹਿੰਦੇ ਤੂੰ ਕੀ ਚਾਹੁੰਦਾ? ਕਹਿੰਦਾ ਮੈਂ ਚਾਹੁੰਦਾ ਵੀ ਇਹ ਮੁਸਲਮਾਨ ਬਣ ਜਾਣ ਅਤੇ ਲੜਾਈ ਖਤਮ ਹੋ ਜਾਵੇ, ਤੁਹਾਡੀ ਕੀ ਰਾਏ ਆ? ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਸਾਡੀ ਰਾਏ ਬਾਅਦ 'ਚ ਦੱਸਾਂਗੇ, ਪਹਿਲਾਂ ਸਾਡੇ ਕੇ ਕੰਮ ਕਰ। ਕਹਿੰਦਾ ਦੱਸੋ। ਮਹਾਰਾਜ ਕਹਿੰਦੇ 5 ਮਣ ਕਾਲੀਆਂ ਮਿਰਚਾਂ ਅੱਗ ਲਾ ਕੇ ਸਾੜ, 5 ਮਣ ਕਾਲੀਆਂ ਮਿਰਚਾਂ ਪਾਈਆ ਮਿਰਚਾਂ ਕਿਸੇ ਚੰਗੇ ਤੋਂ ਹਿਸਾਬ ਕਿਤਾਬ ਵਾਲੇ ਨੂੰ ਦੇ ਦਿਓ, ਅਤੇ ਉਹਨੂੰ ਕਹਿ ਵੀ ਪਾਈਆ ਮਿਰਚਾਂ ਦੇ ਦਾਣੇ ਗਿਣ ਨਹੀਂ ਗਿਣੇ ਜਾਂਦੇ, ਪਾਈਆ ਮਿਰਚਾਂ ਦੇ ਦਾਣੇ ਸਹੀ ਨਹੀਂ ਬੰਦਾ ਗਿਣ ਸਕਦਾ ਵੀ ਕਿੰਨੇ ਕੁ 100 ਹਨ ਕਿੰਨੇ 1,000 ਹਨ। ਅਤੇ 5 ਮਣ ਕਾਲੀਆਂ ਮਿਰਚਾਂ ਅੱਗ ਲਾ ਦਿੱਤੀ, ਸਾੜ ਦਿੱਤੀਆਂ। ਕਹਿੰਦੇ ਹੁਣ ਕੀ ਕਰੀਏ? ਮਹਾਰਾਜ ਕਹਿੰਦੇ ਇਹਨੂੰ ਮਸਲ ਦਿਓ। ਜਦੋਂ ਮਸਲ ਦਿੱਤੀਆਂ ਅਤੇ ਕੱਪੜ ਛਾਣ ਕਰ ਦਿਓ, ਕੱਪੜ ਛਾਣ ਕਰ ਦਿੱਤੀ, ਸੁਆਹ ਉਹਦੀ ਛਣ ਗਈ, ਸਭ ਕੁਛ। 3 ਦਾਣੇ ਸਾਬਤ ਨਿਕਲੇ। ਜਦੋਂ 3 ਦਾਣੇ ਸਾਬਤ ਨਿਕਲੇ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਜੀ 3 ਦਾਣੇ ਬਚੇ ਆ। ਮਹਾਰਾਜ ਕਹਿੰਦੇ ਬਾਦਸ਼ਾਹ ਨੂੰ ਦਿਖਾਓ, ਉਹਦੇ ਸਵਾਲ ਦਾ ਜਵਾਬ ਆ ਗਿਆ। ਬਾਦਸ਼ਾਹ ਕਹਿੰਦਾ ਮੈਨੂੰ ਕੀ ਪਤਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ ਕਹਿੰਦੇ ਤੂੰ ਤੇ 2 ਤੋਂ 1 ਕਰਨਾ ਚਾਹੁੰਦਾ, 2 ਤੋਂ 1 ਕਰਨਾ ਚਾਹੁੰਦਾ, ਪਰ ਅਕਾਲ ਪੁਰਖ ਪਰਮੇਸ਼ਰ ਨੂੰ ਮਨਜ਼ੂਰ ਹੈ ਦੂਸਰੇ ਦੀ ਥਾਂ ਤੇ ਤੀਸਰਾ ਪੰਥ ਵੀ ਚੱਲਣ ਵਾਲਾ ਹੈ। 2 ਪੰਥ ਮੈਂ ਕਪਟ ਵਿੱਦਿਆ ਚਲਾਨੀ ਬਹੁਤ, ਤੀਸਰਾ ਪੰਥ ਕੀਜਾ ਪ੍ਰਧਾਨੀ, ਤੀਸਰਾ ਪੰਥ ਖਾਲਸਾ ਪੰਥ ਕਰੋ, ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੈ ਸਿੰਘ ਜੋਧੇ ਧਰੈ ਨੀਲ ਭੇਸਾ, ਇਹ ਤੀਸਰਾ ਪੰਥ ਖਾਲਸਾ ਚੱਲਣ ਵਾਲਾ, ਤੂੰ ਤੇ 2 ਤੋਂ 1 ਕਰਨਾ ਚਾਹੁੰਦਾ। ਐਸੇ ਜਵਾਬ ਸੁਣ ਕੇ ਔਰੰਗਜ਼ੇਬ ਨੇ ਸਮਝ ਲਿਆ ਵੀ ਇਹ ਹੁਣ ਮੇਰੀ ਈਨ ਨਹੀਂ ਮੰਨਣਗੇ। ਪਾਤਸ਼ਾਹ ਨੂੰ ਪਿੰਜਰੇ ਵਿੱਚ ਵੀ ਰੱਖਿਆ ਗਿਆ, ਹੋਰ ਵੀ ਬੜੇ ਕਸ਼ਟ ਦਿੱਤੇ। ਅਖੀਰ ਸਾਹਮਣੇ ਭਾਈ ਮਤੀ ਦਾਸ ਜੀ ਵਰਗੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਆਰਿਆਂ ਨਾਲ ਚੀਰ ਚੀਰ ਕੇ, ਦੇਗਾਂ 'ਚ ਉਬਾਲ ਉਬਾਲ ਕੇ, ਰੂਈਂ 'ਚ ਸਾੜ ਸਾੜ ਕੇ, ਅਡੋਲ ਰਹਿ ਕੇ 11 ਨਵੰਬਰ 1675 ਨੂੰ ਮਹਾਰਾਜ ਸੱਚੇ ਪਾਤਸ਼ਾਹ ਚਾਂਦਨੀ ਚੌਂਕ ਵਿੱਚ ਸੀਸ ਦੀਆ ਪਰ ਸਿਰ ਨਾ ਦੀਆ ਮਹਾਨ ਸਾਕਾ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਉਹ ਸ਼ਹੀਦੀ ਦਾ ਅਸਰ ਹਿੰਦੁਸਤਾਨ ਦੇ ਲੋਕਾਂ 'ਤੇ ਪਿਆ। ਉਹ ਜਿਹੜੇ ਬ੍ਰਾਹਮਣ ਖੱਤਰੀ ਵੈਸ ਸ਼ੂਦਰ ਡਰਦੇ ਮਾਰੇ ਮੁਸਲਮਾਨ ਬਣ ਰਹੇ ਸਨ, ਉਹਨਾਂ ਦੇ ਅੰਦਰ ਗੱਲ ਆਈ ਵੀ ਮਰਨਾ ਤਾਂ ਫਿਰ ਵੀ ਹੈ, ਕਿਉਂ ਨਾ ਅਸੀਂ ਆਪਣੇ ਧਰਮ 'ਚ ਰਹਿ ਕੇ ਮਰੀਏ।
ਉਹ ਹਿੰਦੂ ਧਰਮ ਤਾਂ ਬਚਿਆ ਜੇ ਗੁਰੂ ਤੇਗ ਬਹਾਦਰ ਸਾਹਿਬ ਆਦਰਸ਼ ਨਾ ਬਣਦੇ ਬੇੜਾ ਡੁੱਬ ਜਾਣਾ ਸੀ। ਆਖੋ ਸਤਨਾਮ ਸ੍ਰੀ। ਤੇ ਉਹਨਾਂ ਲੋਕਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਗਿੱਦੜੋਂ ਸ਼ੇਰ ਬਣਾ ਕੇ ਚਿੜੀਆਂ ਤੋਂ ਬਾਜ ਤੁੜਾ ਕੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਉਹ ਕ੍ਰਿਸ਼ਮਾ ਕੀਤਾ ਜਿਹੜਾ ਸੰਸਾਰ ਦੇ ਅੰਦਰ ਵਿਲੱਖਣ ਹੈ। ਭਾਈ ਸਾਹਿਬ ਰਤਨ ਸਿੰਘ ਜੀ ਕੈਪਟਨ ਮਰੀ ਨੂੰ ਇਹ ਗੱਲਾਂ ਦੱਸ ਰਹੇ ਹੈ। ਸੋ ਸਾਧ ਸੰਗਤ ਜੀ, ਉਹ ਹੁਣ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਨੇ ਵੀ ਕਲਗੀਧਰ ਦੇ ਪੰਥ ਕਿਵੇਂ ਸਾਜਿਆ ਤੇ ਪੰਥ ਸਾਜ ਕੇ ਉਸ ਪੰਥ ਨੂੰ ਰਾਜ ਦਾ ਵਰਦਾਨ ਦਿੱਤਾ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲਾਂਗੇ। ਬਚੇ ਸ਼ਰਨ ਜੋ ਹੋਏ ਉਸੇ ਪੰਥ ਖਾਲਸੇ ਦਾ ਆਪਾਂ ਇਹ ਸਰੂਪ ਦੇਖ ਰਹੇ ਹਾਂ। ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਦੀਆਂ ਬਰਕਤਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਪ੍ਰਤਾਪ ਹੈ। ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ।